ਹਰਿ ਕ੍ਰਿਸ਼ਨ ਨਮਾ ਨਾਮ ਤੇਗਵਾਦਰ ਪਰਮ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਧਰੋ ਤਰਾ ਪਰ ਪਉਣਾ ਪਉਣਾ ਜੀ ਪਨ ਪਨ ਬੰਦੋਂ ਬਾਰ ਬਾਰ ਜਗ ਦੀ ਸੇਕੰਕਾਰ ਸਤ ਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ ਨੋਏ ਵਾਹਿਗੁਰੂ ਜੀ ਕੀ ਫਤਿਹ ਵੇਗਨ ਬਿਨਾਸਨ ਸੋਏ ਵਾਹਿਗੁਰੂ ਸਾਹਿਬ ਜੀ ਸੋ ਰਠਾ ਸ੍ਰੀ ਗੁਰ ਮયા ਨਿਧਾਨ ਗਤ ਹਿਤ ਸਾਲ ਸਰਾਈ ਕੋ ਕੀਨੋ ਸ਼ਬਦ ਬਖਾਨ ਭੋਜਨ ਕੇ ਪਰਸਾਏ ਪਰ ਵਾਹੇ ਗੁਰਜੀ ਕਾ ਖਾਤਸਾ ਵਾਹੇ ਗੁਰਜੀ ਕੀ ਫਤਿਹ ਤਨ ਤਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਪਹੇ ਤ ਅਵਗੁਣ ਸਭ ਛਪੇ ਐਸੇ ਪਤਿਤ ਪਾਵਨ ਗੁਰੂ ਗਰੀਬ ਨਵਾਜ਼ ਅੰਤਰਜਾਮੀ ਪਾਰਬਰਮ ਪਰਮੇਸ਼ਰ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਏਮਾਨ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਜਿਨ੍ਹਾਂ ਦੇ ਵੱਡੇ ਭਾਗ ਉਹੀ ਸਾਧੂ ਸੰਗਤ ਵਿੱਚ ਮੁਖੀ ਹੋ ਕੇ ਜੁੜ ਕੇ ਬੈਠਦੇ ਹਨ ਜਾਂ ਉਹੀ ਪਿਆਰੇ ਮਨ ਰੂਪੀ ਮੁਖ ਨੂੰ ਜੋੜ ਕੇ ਸਾਧ ਧਾਨ ਇਕਾਗਰ ਚਿਤ ਹੋ ਕੇ ਬੈਠਦੇ ਹਨ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਨ ਪਰਿਜੈ ਜੀਉ ਗੁਰਬਾਣੀ ਵਿੱਚ ਸਭ ਤੋਂ ਜ਼ਿਆਦਾ ਮਹਿਮਾ ਹੈ ਪਰਮਾਤਮਾ ਦੀ ਦੂਜੀ ਮਹਿਮਾ ਹੈ ਨਾਮ ਦੀ ਇਹ ਨਾਮ ਜਪੋ ਨਾਮ ਜਪੋ ਗੁਰੂ ਦੀ ਵਡਿਆਈ ਹੈ ਜੇ ਉਸ ਤੋਂ ਬਾਅਦ ਕੋਈ ਮਹਿਮਾ ਹੈ ਤਸ ਸਾਧ ਸੰਗਤ ਦੀ ਏ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਇਹ ਸੰਗਤ ਦੀ ਵਡਿਆਈ ਹੈ ਸਾਧੂ ਸੰਗ ਸਤ ਸੰਗ ਸਾਧ ਸੰਗ ਗੁਰਸਿੱਖਾਂ ਦੀ ਸੰਗਤ ਗੁਰੂ ਦੀ ਸੰਗਤ ਦੀ ਇਹ ਵਿਢਾਈ ਹੈ ਖਾਲਸਾ ਜੀ ਕਿ ਜਿੱਥੇ ਅੰਤਸ਼ ਕਰਨ ਦੀ ਮੈਲ ਧੋਤੀ ਜਾਂਦੀ ਹੈ ਮਨ ਦੀ ਮੈਲ ਸਾਫ਼ ਹੋ ਜਾਂਦੀ ਹੈ ਇੱਥੇ ਆ ਕੇ ਦੁਨੀਆ 'ਚ ਹੋਰ ਕੋਈ ਜਗ੍ਹਾ ਨਹੀਂ ਕੋਈ ਸਾਬਣ ਨਹੀਂ ਬਣਿਆ ਕੋਈ ਪਾਣੀ ਨਹੀਂ ਬਣਿਆ ਜਿੱਥੇ ਮਨ ਦੀ ਮਹਿਲ ਤੋਤੀ ਜਾਵੇ ਸਾਧ ਸੰਗਤ ਵਿੱਚ ਗੁਰੂ ਕੇ ਪਿਆਰੇ ਨਾਮ ਦੇ ਰੰਗ ਨਾਲ ਜਦੋਂ ਨਾਮ ਨੂੰ ਪ੍ਰੇਮ ਨਾਲ ਜਪਦੇ ਹਨ ਤੇ ਮਨ ਸ਼ੁੱਧ ਹੋ ਜਾਂਦਾ ਹੈ ਉਹ ਤੋਂ ਪੈ ਨਾਮ ਹੈ ਕੈ ਰੰਗ ਇਹ ਨਾਮ ਦਾ ਰੰਗ ਹੈ ਖਾਲਸਾ ਜੀ ਉਹ ਜਿੱਥੇ ਆ ਕੇ ਨਿਤਾਂ ਪ੍ਰਤੀ ਆਪ ਜੀ ਗੁਰੂ ਦੀਆਂ ਵਡਿਆਈਆਂ ਕਥਾ ਕਹਾਣੀਆਂ ਸਰਵਣ ਕਰਦੇ ਹੋ ਪਿਛਲੇ ਪ੍ਰਕਰਨਾ ਵਿੱਚ ਆਪ ਜੀ ਨੇ শ্রবণ ਕੀਤਾ ਹੈ ਧੰਨ ਗੁਰੂ ਨਾਨਕ ਮਹਾਰਾਜ ਸਾਲ ਸਰਾਏ ਜੋਰੀ ਨੂੰ ਪਾਤਸ਼ਾਹ ਨੇ ਦਰਸ਼ਨ ਦਿੱਤੇ ਉਸ ਤੋਂ ਪਹਿਲਾਂ ਉਹਦਾ ਨੌਕਰ ਹੈ ਅਧਰਕਾ ਉਹਨੇ ਸ਼ਰਧਾ ਭਾਵਨਾ ਨਾਲ ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਉਦੇ ਵੀ ਕਪਾੜ ਖੁੱਲਨੇ ਸ਼ੁਰੂ ਹੋ ਗਏ ਉਹ ਪਾਤਸ਼ਾਹ ਦੇ ਕੋਲ ਆ ਕੇ ਬੈਠ ਗਿਆ ਫਿਰ ਜ਼ੋਰੀਤੀ ਆਏ ਆ ਕੇ ਦਰਸ਼ਨ ਕੀਤੇ ਪਾਤਸ਼ਾਹ ਦੇ ਕਹਿਣ ਲਗਾ ਮਹਾਰਾਜ ਪ੍ਰਸ਼ਾਦਾ ਛਕੋ ਪਾਤਸ਼ਾਹ ਕਹਿੰਦੇ ਜ਼ੋਰੀ ਜੀ ਤੁਸੀਂ ਜ਼ੋਰੀ ਹੋ ਕਹਿੰਦਾ ਮਹਾਰਾਜ ਕੁਛ ਕੁਛ ਹਾਂ ਗੁਰੂ ਸਾਹਿਬ ਕਹਿੰਦੇ ਅਸਲ ਲਾਲ ਦੀ ਪਛਾਣ ਕਰਨੀ ਆਉਂਦੀ ਏ ਚੁੱਪ ਹੋ ਗਿਆ ਵੀ ਹੁਣ ਸਿੱਖਿਆ ਮਿਲੇਗੀ ਹੁਣ ਗਿਆਨ ਮਿਲੇਗਾ ਜੇ ਤੋ ਬ੍ਰਹਮ ਗਿਆਨੀ ਕੋਲ ਬੈਠੋ ਨਾ ਤੇ ਅੱਗੇ ਤੋਂ ਬੋਲੀ ਦਾ ਨਹੀਂ ਕੀ ਕਹੋ ਜੀ ਮਹਾਰਾਜ ਬਚਨ ਕਰੋ ਕੋਈ ਤੇ ਪਾਤਸ਼ਾਹ ਦੇ ਕੋਲ ਬੈਠਿਆ ਕਹਿੰਦਾ ਪਾਤਸ਼ਾਹ ਹੁਕਮ ਕਰੋ ਕੋਈ ਪ੍ਰਦੇਸ਼ ਦਬੋ ਕਿ ਅਸਲ ਲਾਲ ਕੀ ਹੁੰਦਾ ਹੈ ਤੇ ਅਸਲ ਲਾਲ ਨਾਮ ਬਾਰੇ ਆਤਮਾ ਬਾਰੇ ਪਰਮਾਤਮਾ ਬਾਰੇ ਪਾਤਸ਼ਾਹ ਨੇ ਗਿਆਨ ਬਖਸ਼ਿਸ਼ ਕੀਤਾ ਪਾਤਸ਼ਾਹ ਕਹਿੰਦੇ ਸਾਲਸਰਾਏ ਧਿਆਨ ਰੱਖੀ ਇਹ ਮਨ ਡੱਡੂ ਹੈ ਡੱਡੂ ਬਣ ਕੇ ਇਹ ਜਾਲਾ ਖਾਂਦਾ ਹੈ ਵਿਸ਼ੇ ਵਿਕਾਰਾਂ ਵੱਲ ਜਾਂਦਾ ਹੈ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਵੀ ਇਹ ਮਨ ਡੱਡੂ ਬਣ ਕੇ ਜਾਲਾ ਖਾਂਦਾ ਹੈ ਤੇ ਭੌਰਾ ਦੂਰੋਂ ਆ ਕੇ ਕਮਲ ਦੀ ਸਾਰ ਪ੍ਰਾਪਤ ਕਰਦਾ ਹੈ ਉਤੋਂ ਮਕਰੰਦ ਰਸ ਲੈ ਜਾਂਦਾ ਹੈ ਤੁਹਾਨੂੰ ਗੁਰੂ ਕੇ ਪਿਆਰੇ ਹਨ ਜਿਹੜੇ ਗੁਰੂ ਪਾਤਸ਼ਾਹ ਦੇ ਚਰਣਾ ਵਿੱਚ ਆ ਕੇ ਸੰਗਤ ਵਿੱਚ ਆ ਕੇ ਨਾਮ ਰਸ ਨੂੰ ਪ੍ਰਾਪਤ ਕਰਦੇ ਹਨ ਇਹ ਵੀ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਸਾਲਸ ਰਾਏ ਦਾ ਮਨ ਹੁਣ ਨੀਵਾ ਹੋਣ ਲੱਗਾ ਖਾਲਸਾ ਜੀ ਤੇ ਸਾਲਸ ਰਾਏ ਕਹਿਣ ਲੱਗਾ ਪਾਤਸ਼ਾਹ ਲੰਗਰ ਛਕੋ ਭੋਜਨ ਛਕੋ ਤੇ ਮਹਾਰਾਜ ਹੁਣ ਅਸਲ ਭੋਜਨ ਬਾਰੇ ਉਹਨੂੰ ਸਿੱਖਿਆ ਦੇਣ ਲੱਗੇ ਜਦੋਂ ਨੇ ਭੋਜਨ ਦੀ ਗੱਲ ਕੀਤੀ ਲੰਗਰ ਛਕੋ ਪਾਤਸ਼ਾਹ ਮਰਦਾਨਾ ਥੱਲੇ ਬੈਠਾ ਸੋਚੀ ਜਾ ਰਿਹਾ ਹੈ ਕਦੋਂ ਲੰਗਰ ਦੀ ਗੱਲ ਹੋਵੇਗੀ ਕਦੋਂ ਮੇਰਾ ਢਿੱਡ ਭਰੇਗਾ ਉਹ ਤੇ ਲੰਗਰ ਦੀ ਗੱਲ ਛੇੜੀ ਨਾ ਮਰਦਾਨਾਂ ਥੋੜਾ ਅੰਦਰ ਥੋੜਾ ਸਵਾਦ ਆਣ ਲੱਗਾ ਵੀ ਹੁਣ ਗੱਲ ਬਣ ਗਈ ਆਪਣੀ ਉਹ ਲੰਗਰ ਦੀ ਗੱਲ ਛੇੜੀ ਹੈ ਤੇ ਮੇਰਾ ਢਿੱਡ ਭਰ ਜਾਵੇਗਾ ਤੇ ਪਾਤਸ਼ਾਹ ਹੁਣ ਉਹਨੂੰ ਵੀ ਤਾਂ ਖਾਲਸਾ ਜੀਉ ਨਾਮ ਰਸ ਦਾ ਭੋਜਨ ਪਹਿਲਾਂ ਹੀ ਚਕਾਇਆ ਮਹਾਰਾਜ ਜੀ ਨੇ ਕੇਵਲ ਸਾਨੂੰ ਸਮਝਾਣ ਲਈ ਦੁਨੀਆ ਨੂੰ ਤਾਰਨ ਲਈ ਪਾਤਸ਼ਾਹ ਜੀ ਮਰਦਾਨੇ ਨੂੰ ਭੁੱਖ ਲਵਾ ਰਹੇ ਹਨ ਆਓ ਅਸਲ ਨਾਮ ਦਾ ਭੋਜਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਹੈ ਆਓ ਛਕਣ ਲਈ ਸਾਰੇ ਤਿਆਰ ਹੋਈਏ ਆਪਣੇ ਸੁਰਤੀ ਬਿਰਤੀ ਗੁਰੂ ਚਰਨਾਂ ਨਾਲ ਜੋੜੀਏ ਧੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਆਤਮ ਸਰੂਪ ਦਾ ਧਿਆਨ ਧਰ ਕੇ ਜੋਤ ਸਰੂਪ ਦਾ ਧਿਆਨ ਧਰ ਕੇ ਗੁਰਗੰਸਹਿ ਪਾਤਸ਼ਾਹ ਨੂੰ ਖਾਲਸਾ ਜੀਓ ਆਪਣੇ ਨੇਤਰਾ ਸਾਹਮਣੇ ਲਿਆ ਕੇ ਸ਼ਰਦਾ ਸਤਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠਾ ਸ੍ਰੀ ਗੁਰ ਮਯਾ ਨਿਧਾਨ ਗਤ ਹਿਤ ਸਾਲਸਰਾਏ ਕੋ ਧੰ ਗੁਰੂ ਨਾਨਕ ਮਹਾਰਾਜ ਜੋ ਮਯਾ ਨਿਧਾਨ ਹਨ ਕਿਰਪਾ ਦੇ ਜਾਣੇ ਹਨ ਪਾਤਸ਼ਾਹ ਐਸੇ ਕਿਰਪਾ ਦੇਖ ਜਾਣੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਸਰਸਾਲਸ ਰਾਏ ਦਾ ਬੇੜਾ ਪਾਰ ਕਰਨ ਲਈ ਉਹਨੂੰ ਮਹਾਰਾਜ ਜੀ ਨੇ ਆਤਮ ਗਿਆਨ ਦੇਣ ਲਈ ਕੀਨੋ ਸ਼ਬਦ ਬਖਾਨ ਭੋਜਨ ਕੇ ਪਰਥਾਏ ਪਰ ਇਹ ਸ਼ਬਦ ਪਾਤਸ਼ਾਹ ਨੇ ਉਚਾਰਨ ਕੀਤਾ ਕਿ ਅਸਲ ਭੋਜਨ ਕੀ ਹੈ ਉਸ ਭੋਜਨ ਤੇ ਪਰਥਾਏ ਮਹਾਰਾਜ ਜੀ ਨੇ ਇਹ ਪਾਵਨ ਪੰਕਤੀਆਂ ਉਚਾਰਨ ਕੀਤੀਆਂ ਮਾਰੂ ਮਹੱਲਾ ਪਹਿਲਾ ਮਾਰੂ ਰਾਗ ਵਿੱਚ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਇਹ ਪਾਵਨ ਸ਼ਬਦ ਨਹੀਂ ਪਰ ਜਨਮ ਸਾਖੀ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਹੋਰ ਗੁਰੂ ਕੇ ਪਿਆਰਿਆਂ ਨੇ ਇਹਨੂੰ ਇਸ ਤਰ੍ਹਾਂ ਲਿਖਿਆ ਹੈ ਪ੍ਰੀਤ ਪਕਵਾਨ ਸੁਭੋਜਨ ਕਹੀਐ ਹਾਸਾ ਕਹਿਣ ਲਗੇ ਸਾਲ ਸਰਾਈ ਭੋਜਨ ਕੀ ਹੁੰਦਾ ਹੈ ਜਿਸ ਭੋਜਨ ਵਿੱਚ ਸਵਾਦ ਹੋਵੇ ਪ੍ਰੀਤ ਪਕਵਾਨ ਸੋ ਭੋਜਨ ਕਹੀਏ ਕਿ ਜਿਹੜਾ ਭੋਜਨ ਹੈ ਉਹਨੂੰ ਸਵਾਦ ਨਾਲ ਖਾਣਾ ਤਾਂ ਹੀ ਚੰਗਾ ਲੱਗਦਾ ਹੈ ਰੱਬ ਨਾਲ ਪਿਆਰ ਪਾਣਾ ਪਿਆਰ ਨਾਲ ਜਪਣਾ ਵਾਹਿਗੁਰੂ ਇਹ ਭੋਜਨ ਬਣ ਜਾਂਦਾ ਹੈ ਇਥੇ ਪਿਆਰ ਨਹੀਂ ਸ਼ਰਧਾ ਭਾਵਨਾ ਨਹੀਂ ਪ੍ਰੇਮ ਨਹੀਂ ਉਹ ਭੋਜਨ ਨਹੀਂ ਹੈ ਅਸਲ ਭੋਜਨ ਹੈ ਪ੍ਰੀਤ ਜਿੱਥੇ ਪ੍ਰੀਤ ਹੈ ਪ੍ਰਮਾਤਮਾ ਦੇ ਨਾਮ ਨਾਲ ਸਾਚ ਕਹੋ ਸੁੰਦ ਲਿਹੁ ਸਭੈ ਜਿਨ ਪ੍ਰੇਮ ਕਿਓ ਤਿਨਹੀ ਪ੍ਰਪਾਇਓ ਇਹ ਪ੍ਰੀਤ ਹੀ ਅਸਲ ਪਕਵਾਨ ਹੈ ਇਹ ਭੋਜਨ ਹੈ ਲੂਚੀ ਲੋਚਾ ਪੂਰੀ ਤੇ ਜੜੀਆਂ ਪੂੜੀਆਂ ਆਦੀਆਂ ਖਾਣੀਆਂ ਉਹ ਕੀ ਹੈ ਉਹ ਨਾਮ ਜਪਦਿਆਂ ਜਪਦਿਆਂ ਜਿਹਦੇ ਅੰਦਰਲੀ ਤਰੰਗ ਪੂਰੀ ਹੋ ਜਾਵੇ ਲੋਚਾ ਪੂਰੀ ਹੋ ਜਾਵੇ ਕਿ ਮੇਰੇ ਮਨ ਵਿੱਚ ਹੋਰ ਨਾਮ ਦੀ ਲਾਲਸਾ ਆਵੇ ਹੋਰ ਮੈਂ ਨਾਮ ਨਾਲ ਜੁੜਾਂ ਕਿ ਹੋਰ ਪ੍ਰੇਮ ਭਾਵਨਾ ਆਵੇ ਇਹ ਜੜੀਆਂ ਪੂੜੀਆਂ ਹਨ ਇਹ ਅਸਲ ਲੋਚਾ ਪੂਰੀ ਕਰਨੀ ਖਾਲਸਾ ਜੀਓ ਇਹ ਪੂਰੀ ਆਦੇ ਖਾਣਾ ਹੈ ਮਠਿਆਈ ਮੁਖ ਹਰ ਹਰ ਬੋਲੇ ਤੇ ਉਸ ਤੋਂ ਬਾਅਦ ਫਿਰ ਮਠਿਆਈ ਖਾਉਂਦੇ ਖਾਲਸਾ ਜੀ ਖੀਰ ਆਦੇ ਖਾਣੀ ਮਠਿਆਈ ਖਾਣੀ ਉਹ ਕੀ ਹੈ ਮੁਖ ਹਰ ਹਰ ਬੋਲੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਇਹ ਮਠਿਆਈ ਹੈ ਤਾਂ ਮਨ ਰਹਿ ਹਜ਼ੂਰੀ ਤੇ ਮਨ ਗੁਰੂ ਚਰਨਾਂ ਵੱਲ ਜੁੜਿਆ ਰਵੇ ਤਾ ਮੰਨ ਰਹੇ ਹਜੂਰੀ ਇਹ ਮਨ ਗੁਰੂ ਚਰਨਾਂ ਦੇ ਹਜੂਰ ਰਵੇ ਗੁਰੂ ਚਰਨਾਂ ਨਾਲ ਜੁੜਿਆ ਰਵੇ ਸੁਣ ਸਾਲਸ ਤੂੰ ਭਾਈ ਮੇਰੇ ਓ ਭਰਾਵਾ ਸਾਲਸ ਰਾਏ ਸੁਣ ਤੁਸੀਂ ਸਾਡੇ ਭਰਾ ਹੀ ਹੋ ਇੱਕ ਪਿਤਾ ਇੱਕ ਅਸ ਕੇ ਹਮਾਰਕ ਅਸੀਂ ਇੱਕ ਪਿਤਾ ਪ੍ਰਮਾਤਮਾ ਦੀ ਔਲਾਦ ਹਾਂ ਐ ਮੇਰੇ ਸਾਲਸ ਰਾਏ ਭਰਾ ਤੂੰ ਵੀ ਸੁਣ ਲੈ ਚੰਗੀ ਤਰਾ ਸਮਝ ਪਰੀ ਤਾਂ ਹੋਏ ਨਬੇਰੇ ਜੇ ਅਸਲ ਭੋਜਨ ਦੀ ਸਮਝ ਆ ਗਈ ਨਾ ਤਾਂ ਨਵੇੜਾ ਹੁੰਦਾ ਹੈ ਬਸ ਤਾਂ ਮੁਕਤੀ ਹੁੰਦੀ ਵੀ ਅਸਲ ਭੋਜਨ ਕੀ ਹੈ ਰਜ ਰਜ ਭੋਜਨ ਖਾਓ ਮੇਰੇ ਭਾਈ ਰਜ ਰਜ ਕੇ ਭੋਜਨ ਖਾਓ ਰਜ ਰਜ ਕੇ ਨਾਮ ਜਪੋ ਤੇ ਨਾਮ ਜਪਦੇ ਆ ਸ਼ਰਧਾ ਭਾਵਨਾ ਰੱਖੋ ਪ੍ਰੇਮ ਰੱਖੋ ਇਹ ਭੋਜਨ ਹੈ ਜਿਸ ਨੂੰ ਇਸ ਭੋਜਨ ਦੀ ਸਮਝ ਆ ਗਈ ਉਹਦਾ ਨਿਵੇੜਾ ਹੋ ਗਿਆ ਰਹਾਓ ਵਿਸ਼ਰਾਮ ਦੇ ਕੇ ਮਹਾਰਾਜੀ ਅਗਾਹ ਫਰਮਾਨ ਕਰਦੇ ਹਨ ਮੇਵਾ ਮਿਲਣ ਤੁਮਾਰਾ ਕਹੀ ਹੈ ਐ ਰੱਬ ਜੀ ਮੇਵਾ ਮਿਲਣ ਮੇਵਾ ਕੀ ਹੈ ਕਿ ਰੱਬ ਨਾਲ ਮਿਲਣਾ ਹੈ ਬਸ ਜੇ ਨਾਮ ਜਪਦਿਆਂ ਜਪਦਿਆਂ ਰੱਬ ਨਾਲ ਮਿਲ ਗਏ ਇਹ ਮੇਵਾ ਹੈ ਇਹ ਮੇਵਾ ਆਦਿ ਖਾਣਾ ਹੈ ਸਤ ਕੇ ਬਾਗੇ ਜੁੜੇ ਤੇ ਫਿਰ ਖਾਲਸਾ ਜੀ ਬਸਤਰਾ ਆਦਿਕ ਵੀ ਸੇਵਾ ਕਰਦੇ ਬਾਅਦ ਵਿੱਚ ਉਹ ਕੀਏ ਸਤ ਸਤ ਪਰਮੇਸ਼ਰ ਨਾਲ ਜੁੜ ਗਏ ਸਤ ਵਿੱਚ ਇੱਕ ਮਿਕ ਹੋ ਗਏ ਇਹ ਬਾਗੇ ਜੋੜੇ ਹਨ ਇਹ ਬਸਤਰ ਆਦਿਕ ਖਾਣਾ ਆਵਣ ਖਾਏ ਅਗਾਵੇ ਸੋਈ ਜਿਹੜਾ ਇਸ ਤਰ੍ਹਾਂ ਦਾ ਭੋਜਨ ਖਾ ਕੇ ਰਜ ਜਾਵੇ ਜੋ ਵਿਖਤੇ ਮਨਵਾ ਮੋੜੇ ਉਹ ਅਸਲ ਭੋਜਨ ਕੀ ਹੈ ਜੋ ਵਿਖਤੇ ਮਨਵਾ ਮੋੜੇ ਜਿਹੜਾ ਜ਼ਹਿਰ ਤੋਂ ਵਿਸ਼ੇ ਵਿਕਾਰਾਂ ਤੋਂ ਮਾਇਆ ਤੋਂ ਆਪਣਾ ਮਨ ਮੋੜ ਲਵੇ ਉਹ ਮਨੋ ਖਾ ਕੇ ਰਜ ਗਿਆ ਬਸ ਕਿ ਵਿਸ਼ੇ ਵਿਕਾਰਾਂ ਦਾ ਭੋਜਨ ਨਾ ਖਾਵੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਵਕੀਲੀ, ਦਵੈਸ਼, ਨਿੰਦਾ ਆਦਿ ਇਹਨਾਂ ਵਿਸ਼ੇ ਵਿਕਾਰਾਂ ਤੋਂ ਆਪਣਾ ਮਨ ਮੋੜਨਾ ਇਹੀ ਅਸਲ ਖਾਣਾ ਹੈ। ਛਉ ਪਈ ਸਾਲਸ ਰਾਇ ਸੰਗ ਜੋ ਦਸੂ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਪਹਿਲਾ ਬਖਸ਼ਿਸ਼ ਕਿਸਤੇ ਹੋਈ ਸਾਲਸਰਾਏ ਨਾਲ ਜਿਹੜਾ ਉਹਦਾ ਦਾਸ ਸੀ ਨਾ ਉਹਦਾ ਨਾਮ ਸੀ ਅਦਰਕਾ ਉਹ ਦਾਸ ਜਿਹੜਾ ਅਦਰਕਾ ਪਹਿਲਾ ਭੋਜਨ ਲੈ ਕੇ ਆਇਆ ਸੀ ਸੁਨ ਬਚ ਨਿਰਮਲ ਭਾ ਮਨ ਆਸੋ ਜਦੋਂ ਉਹਨੇ ਬਚਨ ਸੁਣਿਆ ਨਾ ਉਹਦਾ ਮਨ ਸ਼ੁੱਧ ਹੋ ਗਿਆ ਉਹਦਾ ਮਨ ਹੁਣ ਗਿਆਨ ਨਾਲ ਲੀਨ ਹੋ ਗਿਆ ਆਤਮ ਰਸ ਉਹਦੇ ਅੰਦਰੋਂ ਜਾਗਣ ਲੱਗਾ ਪਦਵੰਦਨ ਕੀ ਨੀ ਅਸ਼ਟਾਂਗ ਉਹਨੇ ਉਸੇ ਵੇਲੇ ਅਸ਼ਟਾਂਗ ਸਰੀਰ ਦੇ 8 ਅੰਗ ਜਦੋਂ ਗੁਰੂ ਚਰਨਾਂ ਵੱਲ ਜੁੜਦੇ ਹਨ ਝੁਕਦੇ ਹਨ ਉਹਨੂੰ ਕਹਿੰਦੇ ਅਸ਼ਟਾਂਗ ਉਹਨੇ ਅਸ਼ਟਾਂਗ ਵੰਦਨਾ ਪਹਿਲਾਂ ਕੀਤੀ ਗੁਰੂ ਚਰਨਾਂ ਉੱਤੇ ਸ਼ਰਨ ਸ਼ਰਨ ਕਹ ਪਰਾ ਸੁਭਾਗ ਕਪਾੜ ਖੁੱਲ ਗਏ ਹੁਣ ਪਾਤਸ਼ਾਹ ਦੇ ਦਰਸ਼ਨ ਕਰਕੇ ਅਮਰਤ ਵਿੱਚ ਬਚਨ ਸੁਣ ਕੇ ਕਹਿਣ ਲਗਾ ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਤੁਹਾਡੇ ਚਰਨਾਂ ਦੀ ਸ਼ਰਨ ਪਾਤਸ਼ਾਹ ਰੱਖ ਲੋ ਰੱਖ ਲੋ ਰਾਖ ਰਾਕ ਮੇਰੇ ਬੀਠੁਲਾ ਜਨ ਸਰਣ ਤੁਮਾਰੀ ਰੱਖ ਲੋ ਮੇਰੇ ਦਾਤੇ ਪਾਤਸ਼ਾਹ ਰੱਖ ਲੋ ਤੁਮ ਪਰਮੇਸ਼ੁਰ ਜਾਣੇ ਮੋਹੀ ਪਾਤਸ਼ਾਹ ਪਹਿ ਜਾਣ ਲਿਆ ਤੁਸੀਂ ਪਰਮੇਸ਼ਰ ਹੋ ਬਸ ਮੋਹੀ ਕਹਿੰਦੇ ਮੈਂ ਜਾਣ ਲਿਆ ਉਧਰ ਦਾ ਨੌਕਰ ਕਹਿਣ ਨਾ ਰਬ ਜੀ ਗੁਰੂ ਨਾਨਕ ਪਾਤਸ਼ਾਹ ਕਾਲ ਪੁਰਖ ਮਹਾਰਾਜ ਸੰਤ ਜੀ ਅੱਜ ਮੈਂ ਜਾਣਿਆ ਅੱਜ ਸਮਝਾਈ ਤੁਸੀਂ ਪਰਮੇਸ਼ਰ ਹੋ ਦੀਨ ਦਇਆਲ ਨਾਮ ਹੈ ਤੋਹੀ ਤੁਹਾਡਾ ਨਾਮ ਹੈ ਦੀਨਾ ਤੇ ਦਇਆ ਕਰਨ ਵਾਲੇ ਪ੍ਰਮਾਤਮਾ ਸਰੂਪ ਦੀਨ ਦਇਆਲ ਇਹ ਤੁਹਾਡਾ ਵਿਰਧ ਹੈ ਜਿਹੜਾ ਕੋਈ ਨੀਵਾ ਹੋਵੇ ਦਾਸ ਹੋਵੇ ਨੌਕਰ ਹੋਵੇ ਨਿਮਰਤਾ ਵਾਲਾ ਹੋਵੇ ਤੁਸੀਂ ਉਸਤੇ ਦਇਆ ਪਹਿਲਾ ਕਰਦੇ ਹੋ ਜਗਤ ਅਗਨ ਤੇ ਜਲ ਤੇ ਉਭਾਰ ਹੋ ਐ ਪਾਤਸ਼ਾਹ ਇਹ ਦੁਨੀਆ ਸੜ ਰਹੀ ਹੈ ਇੱਥੇ ਅਗ ਦਾ ਸਾਗਰ ਹੈ ਮਾਇਆ ਦਾ ਸਾਗਰ ਹੈ ਮਹਾਰਾਜ ਇਸ ਮਾਇਆ ਦੇ ਸਾਗਰ ਤੋਂ ਪਾਤਸ਼ਾਹ ਬਾਹਰ ਕੱਢ ਲਓ ਮਹਾਰਾਜ ਪਾਦਸ਼ਾਹ ਮੈਨੂੰ ਉਬਾਲ ਲੋ ਬਾਹਰ ਕੱਢ ਲੋ ਬੇੜਾ ਪਾਰ ਕਰੋ ਆਪਣੇ ਨਾਮ ਕੋ ਬਿਰਦ ਸੰਭਾਰੋ ਤੇ ਆਪਣੇ ਨਾਮ ਦਾ ਬਿਰਦ ਸੰਭਾਲੋ ਪਾਦਸ਼ਾਹ ਤੁਹਾਡਾ ਮੁਢ ਕਦੀਮੀ ਧਰਮ ਹੈ ਕਿ ਪਾਦਸ਼ਾਹ ਜਿਹੜਾ ਤੁਹਾਡਾ ਨਾਮ ਜਪਦਾ ਹੈ ਤੁਸੀਂ ਉਸ ਤੇ ਬੇੜਾ ਪਾ ਉਹਦਾ ਜ਼ਰੂਰ ਕਰਦੇ ਹੋ ਜ਼ਰੂਰ ਉਸਤੇ ਰਹਿਮਤ ਕਰਦੇ ਹੋ ਸੁਨ ਕਰ ਤਹ ਪਰ ਗੁਰੂ ਪ੍ਰਸੀਜੇ ਉਸ ਅਧਰਕੇ ਦਾ ਖਾਲਸਾ ਜੀ ਇਹ ਅੰਮ੍ਰਿਤਮਈ ਚਰਨਾ ਤੇ ਪੈਣਾ ਉਹਦੀ ਬੇਨਤੀ ਸੁਣ ਕੇ ਮਹਾਰਾਜ ਬੜੇ ਖੁਸ਼ ਹੋਏ ਜਨਮ ਮਰਨ ਜਗ ਕੇ ਕਟ ਦੀਜੇ ਤੇ ਖਾਲਸਾ ਜੀ ਉਸੇ ਵੇਲੇ ਹੀ ਉਹਦੀ ਬੇਨਤੀ ਜਦੋਂ ਹੋਈ ਨਾ ਮਹਾਰਾਜ ਮੇਰਾ ਜਨਮ ਮਰਨ ਦਾ ਬੰਧਨ ਕੱਟ ਦੋ ਤੇ ਪਾਦਸ਼ਾਹ ਨੇ ਬਸ ਕਿਰਪਾ ਕਟਾਖੇ अवलोकन कीनो दास का दुख बिदारयो एक कृपा कीती मेरे भरी निगाह कीती फजल दी निगाह करके बादशाह ने उदे सारे दुख दूर कर देते पौड़ी अपर शब्द की भाखी ते खालसा ओदा ते बेड़ा पार हो गया बस हुन उसे शब्द दी दूसरी दो पदे दूसरी पौड़ी ਉਹ ਮਹਾਰਾਜ ਜੀ ਨੇ ਉਚਾਰਨ ਕੀਤੀ ਜੇਹ ਸੁਨ ਸਾਹੋ ਭਯੋ ਗਤ ਕਾਂਖੀ ਜਿਸ ਨੂੰ ਸੁਣ ਕੇ ਹੁਣ ਸਾਲ ਸਰਾਏ ਉਹਦੇ ਮਨ ਦੀ ਤਮੰਨਾ ਜਾਗ ਪਈ ਪਹਿਲਾ ਕਿਰਪਾ ਹੋਈ ਨੌਕਰ ਉਤੇ ਖਾਲਸਾ ਜੀ ਇਹਨੂੰ ਕਹਿੰਦੇ ਗੁਰੂ ਦੀ ਗਤ ਕਲਗੀਧਰ ਪਾਤਸ਼ਾਹ ਦਾ ਬਚਨ ਹੈ ਰੱਬ ਕੀੜੀ ਦੀ ਪੁਕਾਰ ਪਹਿਲਾ ਸੁਣਦਾ ਹੈ ਹਾਥੀ ਦੀ ਝੰਗਾਰ ਬਾਅਦ ਵਿੱਚ ਸੁਣਦਾ ਹੈ ਹਾਥੀ ਕਹਿੰਦੇ ਵੱਡਾ ਮਾਲਕ ਅਹੰਕਾਰੀ ਥੋੜਾ ਜਿਹਾ ਮਾਣ ਵਾਲਾ ਕਿ ਮੈਂ ਮਾਲਕ ਤੇ ਕੀੜੀ ਨਿਮਰਤਾ ਵਾਲਾ ਦਾਸ ਪਿਆਰਾ ਨੀਵਾ ਗਰੀਬ ਦੀਨ ਉਹ ਦੀਨ ਦੀ ਪੁਕਾਰ ਪਹਿਲਾਂ ਸੁਣ ਲਈ ਖਾਲਸਾ ਜੀ ਜਿਹਨੇ ਪਹਿਲਾਂ ਆ ਕੇ ਨਸਤ ਵਸਤ ਆ ਕੇ ਚਰਨਾਂ ਦੇ ਸੀਸ ਝੁਕਾਇਆ ਉਸ ਤੇ ਬਖਸ਼ਿਸ਼ ਪਹਿਲਾਂ ਹੋ ਗਈ ਪਹਿਲਾਂ ਉਸ ਤੇ ਬਖਸ਼ਿਸ਼ ਹੋਈ ਹੁਣ ਬਖਸ਼ਿਸ਼ ਹੋਣ ਲੱਗੀ ਸਾਲ ਸਰਾਈ ਉੱਤੇ ਤੇ ਮਹਾਰਾਜ ਜੀ ਨੇ ਇਹ ਦੋ ਪਦੇ ਫਿਰ ਉਚਾਰਨ ਕੀਤੇ ਊਤਮ ਜਨਮ ਸਸਾਕਤ ਕਹੀਐ ਪਾਤਸ਼ਾਹ ਕਹਿਣ ਲੱਗੇ ਸੁਣੋ ਸਾਲਸਰਾਏ ਜੀ ਜਿਹੜਾ ਬੰਦਾ ਉੱਚੀ ਕੁਲ ਵੀ ਜਨਮ ਲਵੇ ਕਿ ਮੇਰੀ ਕੁਲ ਉੱਚੀ ਐ ਮੈਂ ਅਮੀਰ ਹਾਂ ਮੈਂ ਵੱਡਾ ਹਾਂ ਸੋਸਾਕਤ ਕਹੀਐ ਉਹਨੂੰ ਮਨਮੁਖ ਕਹਿੰਦੇ ਹਨ ਸੋ ਉਹ ਸਾਗਰ ਸ਼ਕਤੀ ਦਾ ਪੁਜਾਰੀ ਸ਼ਾਕਤ ਜਿਹੜਾ ਮਾਇਆ ਦਾ ਪੁਜਾਰੀ ਹੋਵੇ ਮਨਮੁਖਵ੍ਰਤੀ ਵਾਲਾ ਹੋਵੇ ਐਸਾ ਜਿਹੜਾ ਹੰਕਾਰੀ ਕਹੇ ਜੀ ਮੇਰਾ ਜਨਮ ਉੱਤਮ ਕੁੱਲ ਵਿੱਚ ਹੋਇਆ ਹੈ ਮੇਰੀ ਵੱਡੀ ਕੁੱਲ ਹੈ ਜਿਹੜਾ ਆਪਣੇ ਕੁੱਲ ਦਾ ਹੀ ਮਾਣ ਕਰਦਾ ਹੈ ਉਹ ਮਨਮੁਖ ਆਖਿਆ ਜਾਂਦਾ ਹੈ ਨੀਚ ਨਰਾਇਣ ਪਾਇਆ ਜਿਹੜਾ ਨੀਵਾ ਹੋ ਜੇ ਨੀਚ ਨਰਾਇਣ ਪਾਇਆ ਨਿਮਰਤਾ ਵਾਲਾ ਹੈ ਹੰਕਾਰ ਨਾ ਕਰੇ ਉਸ ਅਕਾਲ ਪੁਰਖ ਦੇ ਪਿਆਰੇ ਨੇ ਰੱਬ ਨੂੰ ਪਾ ਲਿਆ ਨੀਚ ਉਸ ਨੀਵੇਂ ਨੇ ਉਸ ਨਿਮਰਤਾ ਵਾਲੇ ਨੇ ਪ੍ਰਮਾਤਮਾ ਜੋ ਨਾਰ ਆਇਣ ਹੈ ਪਾਣੀ ਵਿੱਚ ਜਿਹਦਾ ਘਰ ਹੈ ਨਾਰ ਕਹਿੰਦੇ ਸਹਿ ਰਗ 나ੜੀ ਜਿਸ ਸਹਿ ਰਗ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਉਸ ਪ੍ਰਮਾਤਮਾ ਦੇ ਦਰਸ਼ਨ ਕਰ ਲਿਓ ਨੇ ਲੋਭ ਲਹਿਰ ਦੇ ਛੂਟੇ ਤੇਈ ਤੇ ਉਹੀ ਰੱਬ ਦੇ ਪਿਆਰੇ ਲੋਭ ਲਹਿਰ ਤੋਂ ਛੁੱਟ ਗਏ ਲੋਭ ਦੀ ਲਹਿਰ ਉਹਨਾਂ ਅੰਦਰੋਂ ਸ਼ਾਂਤ ਹੋ ਗਈ ਜਿਸ ਸਾਧ ਸੰਗ ਗੁਣ ਗਾਇਆ ਜਿਸ ਪਿਆਰੇ ਨੇ ਸਾਧ ਸੰਗ ਗੁਣ ਗਾਇਆ ਸਾਧ ਸੰਗਤ ਵਿੱਚ ਆ ਕੇ ਜਿਹੜੇ ਬੈਠਦੇ ਹਨ ਤੇ ਬੈਠ ਕੇ ਵਾਹਿਗੁਰੂ ਜਪਦੇ ਉਹ ਤਨ ਹਨ ਗੁਰੂ ਕੇ ਪਿਆਰੇ ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ ਸੁਣ ਸਾਲਸ ਇਹ ਗੋਲਾ ਤੇਰਾ ਐ ਸਾਲਸ ਰਾਏ ਸੁਣ ਇਹ ਜਿਹੜਾ ਦਾਸ ਹੈ ਤੇਰਾ ਇਹ ਨੌਕਰ ਹੈ ਜਿਹੜਾ ਤੇਰਾ ਅਧਰਕਾ ਹੈ ਆਪ ਨਰਾਇਣ ਮਾਨਾ ਇਸ ਨੇ ਮੰਨ ਲਿਆ ਆਪ ਆਪਣੇ ਸਰੂਪ ਨੂੰ ਰੱਬ ਹੀ ਮੰਨ ਲਿਆ ਇਹਨੇ ਬਸ ਮਾਨਾ ਕਹਿੰਦੇ ਮਨਨ ਕਰ ਲਿਆ ਇਹਨੇ ਆਪਣੇ ਸਰੂਪ ਦਾ ਮਰਨ ਕਰ ਲਿਆ ਕਿ ਮੈਂ ਕੌਣ ਹਾਂ ਚਿੰਤਨ ਕੀਤਾ ਇਹਨੇ ਇਹ ਅੰਦਰ ਹੀ ਧਿਆਨ ਵਿੱਚ ਲੀਨ ਹੋ ਗਿਆ ਇਹਨੂੰ ਸਮਝ ਆ ਗਈ ਉਹ ਰੱਬ ਸਰੂਪ ਉਹ ਮੇਰੇ ਅੰਦਰ ਹੀ ਹੈ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਇਸ ਨੇ ਮਰਨ ਕਰ ਲਿਆ ਬਸ ਕਿ ਉਹ ਰੱਬ ਸਰੂਪ ਉਹ ਮੇਰੇ ਅੰਦਰ ਹੀ ਹੈ ਤੇ ਇਸ ਨੇ ਆਪਣੇ ਆਪ ਨੂੰ ਆਪਣੇ ਆਤਮ ਸਰੂਪ ਨੂੰ ਪਰਮਾਤਮਾ ਹੀ ਜਾਣ ਲਿਆ ਹੈ ਨਾਨਕ ਭਗਤ ਸੰਗ ਮਿਲਾਇਆ ਤੇ ਇਸ ਨੂੰ ਅਸੀਂ ਭਗਤਾ ਦੀ ਛਣੜੀ ਦੇਖ ਲਿਆ ਇਹ ਭਗਤ ਹੀ ਬਣ ਗਿਆ ਹੁਣ ਇਸ ਨੂੰ ਅਸੀਂ ਭਗਤ ਹੀ ਗਿਣਦੇ ਹਾਂ ਭਗਤਾ ਨਾਲ ਜੋੜ ਲਿਆ ਸੀ ਇਸ ਨੂੰ ਊਚੇ ਪਦ ਠਹਿਰਾਨ ਤੇ ਇਹ ਸਾਲ ਸਰਾਈਂ ਤੇਰ ਤੋਂ ਪਹਿਲਾਂ ਬਖਸ਼ਿਸ਼ ਇਸ ਤੇ ਹੋ ਰਹੀ ਏ ਇਹਨੂੰ ਉੱਚੀ ਪਦਵੀ ਅਸੀਂ ਦੇ ਰਹੇ ਹਾਂ ਉੱਚੀ ਪਦਵੀ ਤੇ ਠਹਿਰਾ ਰਹੇ ਹਾਂ ਚਉਪਈ ਸੁਣ ਕਰ ਸਾਲ ਅਸਰਦ ਵਿਚਾਰ ਇਹ ਗੱਲ ਸੁਣ ਕੇ ਸਾਲ ਸਰਾਏ ਨੇ ਆਪਣੇ ਮਨ ਚ ਵਿਚਾਰ ਕੀਤੀ ਹੈ ਸ਼੍ਰੀ ਪਰਮੇਸ਼ਵਰ ਇਹ ਅਵਤਾਰ ਅਸਲ ਇਹ ਪਰਮੇਸ਼ਵਰ ਸਰੂਪ ਹਨ ਇਹੀ ਅਕਾਲ ਪੁਰਖ ਹਨ ਇਹੀ ਹਨ ਆਪ ਨਰਾਇਣ ਕਲਾ ਧਾਰ ਜਗ ਮਹ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਏ ਉਹੀ ਹਨ। ਇਹੀ ਪਰਮੇਸ਼ਰ ਹਨ। ਜਿਨ ਕੇ ਬਚਨ ਦਾਸ ਦੁਖ ਆਸੋ। ਜਿਨਾਂ ਦੇ ਬਚਨ ਮੇਰੇ ਦਾਸ ਔਰੇ ਦੁਖ ਛੇਤੀ ਆਸੋ ਕਹਿੰਦੇ ਛੇਤੀ ਹੀ। ਮੇਰੇ ਪਿਆਰੇ ਨੌਕਰ ਦੇ ਮੇਰੇ ਅਧਰਕੇ ਦੇ ਦੁਖ ਛੇਤੀ ਹੀ। ਹੀਨ ਨਿਕੰਧਨ ਦੇ ਸੁਖ ਰਸੋ। ਸਾਰੇ ਨਿਕੰਧਨ ਕਰਤੇ ਦੂਰ ਕਰਤੇ। ਦੇਖੋ ਬਚਨ 21 ਸੋਣਿਆ ਅਦਰਕੇ ਨੇ ਇੱਕ ਖਿੰਨ ਵਿੱਚ ਪਾਤਸ਼ਾਹ ਨੇ ਦੁੱਖ ਦੂਰ ਕਰਦੇ ਉਹਦੇ ਇਹ ਹਨ ਗੁਰੂ ਨਾਨਕ ਪਾਤਸ਼ਾਹ ਇਹ ਪਰਮੇਸ਼ਰ ਹਨ ਦੋਹਰਾ ਹੋਏ ਦੀਨ ਮਨ ਮਾਨ ਤਜ ਬੰਦੇ ਪਦ ਅਰਬਿੰਦ ਹੁਣ ਮਨ ਦਾ ਮਾਨ ਖਤਮ ਹੋ ਗਿਆ ਸਾਲ ਸਰਾਏ ਨਿਮਰਤਾ ਵਿੱਚ ਆਇਆ ਤੇ ਉਸ ਨੇ ਗੁਰੂ ਚਰਨਾਂ ਉੱਤੇ ਦੁਬਾਰਾ ਮੱਥਾ ਟੇਕਿਆ ਹੈ ਗਤ ਮੇਰੀ ਅਬ ਕੀ ਜੀਏ ਤੁਮ ਹੋ ਰੂਪ ਮੁਕੰਦ ਸਾਲ ਸਰਾਏ ਕਹਿਣ ਲਗਾ ਮਹਾਰਾਜ ਗਤ ਮੇਰੀ ਅਬ ਕੀ ਜੀਏ ਤੁਮ ਹੋ ਰੂਪ ਮੁਕੰਦ ਮਹਾਰਾਜ ਹੁਣ ਮੇਰੀ ਗਤ ਕਰੋ ਮੇਰਾ ਭਲਾ ਕਰੋ ਮੇਰੀ ਮੁਕਤੀ ਕਰੋ ਤੁਸੀਂ ਪਾਤਸ਼ਾਹ ਮੁਕਤੀ ਦਾਤੇ ਹੋ ਅਕਾਲ ਪੁਰਖ ਪਰਮਾਤਮਾ ਸਰੂਪ ਹੋ ਚੋਪਈ ਜਗ ਬੰਧਨ ਤੇ ਕਰ ਛੁਟਕਾਰਾ ਤੇ ਮਹਾਰਾਜ ਜਿਤਨੇ ਜਗਤ ਦੇ ਬੰਧਨ ਹਨ ਉਹਨਾਂ ਤੋਂ ਮੇਰਾ ਛੁਟਕਾਰਾ ਕਰ ਦੋ ਪਤ ਤਹ ਪਾਵਨ ਨਾਮ ਤੁਮਾਰਾ ਤੁਹਾਡਾ ਨਾਮ ਹੈ ਪਤਿਤਾ ਨੂੰ ਪਾਵਨ ਕਰਨ ਵਾਲਾ ਜਿਹੜੇ ਆਪਣੇ ਜੀਵਨ ਤੋਂ ਕਿਰਦਾਰ ਤੋਂ ਡਿੱਗੇ ਹੋਣ पापी होण महाराज ਤੁਸੀਂ ਉਹਨਾਂ ਸਾਰਿਆਂ ਨੂੰ ਪਾਵਨ ਕਰਨ ਵਾਲੇ ਹੋ ਸ਼ੁੱਧ ਕਰਨ ਵਾਲੇ ਹੋ ਇਹ ਤੁਹਾਡਾ ਨਾਮ ਹੈ ਸ਼ਰਨ ਪਰੇ ਕੀ ਰੱਖੋ लाजा اے ਮੇਰੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਆ ਗਿਆ ਹਾਂ ਤੇ ਮੇਰੀ लाज ਰੱਖੋ ਰਾਵਰ ਸਮ ਕੋ ਪਿਖੋ ਨ ਅਜ ਮੈਂ ਵੇਖ ਲਿਆ ਮਹਾਰਾਜ ਇਸ ਦੁਨੀਆ ਵਿੱਚ ਇਸ ਕਲਯੁਗ ਵਿੱਚ ਅੱਜ ਦੇ ਸਮੇਂ ਵਿੱਚ ਤਵਾਡੇ ਵਰਗਾ ਹੋਰ ਕੋਈ ਨજર ਨਹੀਂ ਆਇਆ ਮਹਾਰਾਜ ਪਾਤਸ਼ਾਹ ਮੇਰਾ ਜੀਵਨ ਦਾ ਤਜਰਬਾ ਹੈ ਬਹੁਤ ਬੰਦਗੀ ਵੀ ਕੀਤੀ ਸਾਲਸਰਾਏ ਨੇ ਪਰ ਮਹਾਰਾਜ ਤੁਹਾਡੇ ਵਰਗਾ ਕੋਈ ਨજર ਨਹੀਂ ਆਇਆ ਸ਼੍ਰੀ ਗੁਰ ਕਹਿ ਕਾਜ ਇਹੋ ਕੀਜੈ ਧੰ ਗੁਰ ਨਾਨਕ ਪਾਤਸ਼ਾਹ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਸਾਲਸਰਾਏ ਇਹ ਕੰਮ ਇਹ ਕਰ ਨਿਜ ਕਿੰ ਘਰ ਕੇ ਚਰਨ ਗਹੀਜੈ ਇਸ ਤਰ੍ਹਾਂ ਕਰ ਫਿਰ ਜੇ ਮੁਕਤੀ ਲੈਣੀ ਹੈ ਨਾ ਆਪਣੇ ਨੌਕਰ ਦੇ ਚਰਨ ਫੜ ਲੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਕੰਮ ਬੜਾ ਔਖਾ ਹੈ ਨੌਕਰ ਦੇ ਚਰਨ ਫੜ ਲੈਣੇ ਮਾਣ ਖਤਮ ਹੀ ਕਰਨਾ ਸੀ ਜਿੱਥੇ ਮਾਣ ਖਤਮ ਮਾਣ ਮਨੀ মুনਵਰ ਗਲੇ ਮਾਣ ਸਭੈ ਖੋਖਾ ਏ ਇਹ ਮਾੜੀ ਅੰਦਰੋਂ ਖਾਂਦਾ ਹੈ ਜਦੋਂ ਮਾਣ ਚਲਾ ਗਿਆ ਹਉਮੈ ਚਲੀ ਗਈ ਫਿਰ ਅਸਲ ਆਪ ਸਰੂਪ ਦੀ ਪਛਾਣ ਹੁੰਦੀ ਏ ਤਾਲਸ ਆਏ ਮੁਕਤੀ ਲੈਣੀ ਆਤਮ ਰਸ ਲੈਣਾ ਤੇ ਇਸ ਤਰ੍ਹਾਂ ਕਰ ਫਿਰ ਆਪਣੇ ਨੌਕਰ ਅਧਰਕੇ ਦੇ ਚਰਨ ਪਕੜ ਲੈ ਬੰਦਨ ਕਰ ਹੋ ਵਹਿ ਗਤ ਤੇਰੀ ਇਸ ਨੂੰ ਪਹਿਲਾਂ ਮੱਥਾ ਢੇਕ ਤੇਰੀ ਗਤ ਹੋਵੇਗੀ ਤੇਰਾ ਭਲਾ ਹੋਵੇਗਾ ਤੇਰੀ ਮੁਕਤੀ ਹੋਵੇਗੀ ਤੇਰਾ ਕਲਿਆਣ ਹੋਵੇਗਾ ਇਸ ਨੂੰ ਮੱਥਾ ਢੇਕ ਪਹਿਲਾਂ ਤਾਹੀ ਤੇਰਾ ਭਲਾ ਹੋਵੇਗਾ ਤਿਆਗ ਮਹਿ ਮਿਟੈ ਜਨਮ ਕੀ ਫੇਰੀ ਤੇ ਫਿਰ ਤੇਰਾ ਦੁਨੀਆਂ ਵਿੱਚ ਆਉਣਾ ਜਾਣਾ ਜਮਣਾ ਮਰਣਾ ਉਹ ਮਿਟ ਜਾਵੇਗਾ ਫਿਰ ਅਸਲ ਤੇਰੀ ਮੁਕਤੀ ਹੋਵੇਗੀ ਸੁਣ ਸਾਲਸ ਬੰਦੇ ਦੁਇ ਹੱਥ ਸਾਲਸ ਆਇਆ ਸਤਿਵਚਨ ਮਹਾਰਾਜ ਸਤਿਵਚਨ ਤੇ ਉਸੇ ਵੇਲੇ ਹੱਥ ਜੋੜਿਉ ਨੇ ਦੂਰਨ ਧਰਿਓ ਦਾਸ ਪਦਮਾਥ ਉਸੇ ਵੇਲੇ ਹੀ ਬਚਨ ਸੁਣਦੇ ਸਾਰ ਆਪਣਾ ਇਹ ਮੱਥਾ ਉਹਨੇ ਆਪਣੇ ਨੌਕਰ ਦੇ ਚਰਨਾਂ ਦੇ ਧਰ ਤੱਕ ਖਾਲਸਾ ਜੀਏ ਬਸ ਇਹ ਮਾਣ ਗਵਾ ਲਿਆ ਉਹਨੇ ਆਪਣਾ ਆਪਣਾ ਵਿੜਪਣ ਗਵਾ ਲਿਆ ਜਿੱਥੇ ਵਿੜਪਣ ਹੋਮੇ ਖਤਮ ਚਲੀ ਗਈ ਮਾਣ ਚਲਾ ਗਿਆ ਉਥੇ ਸਾਲਸ ਰਾਏ ਵੱਡਾ ਬਣ ਗਿਆ ਖਾਲਸਾ ਜੀਓ ਤੇ ਸਾਲਸ ਰਾਏ ਨੇ ਉਸੇ ਵੇਲੇ ਹੀ ਆਪਣਾ ਇਹ ਮੱਥਾ ਆਪਣਾ ਸੀਸ ਆਪਣੇ ਨੌਕਰ ਦੇ ਚਰਨਾਂ ਤੇ ਰੱਖ ਦਿੱਤਾ ਬੋਲਿਓ ਗੁਰਸੋ ਹੋਇ ਕਰ ਦੀਨਾ ਤੇ ਗੁਰੂ ਪਾਤਸ਼ਾਹਾਲ ਦੀਨਾ ਹੋ ਕੇ ਨੀਵਾ ਹੋ ਕੇ ਨਿਮਰਤਾਜ ਆ ਕੇ ਕਹਿਣ ਲਗਾ ਇਹ ਜੋ ਦਾਸ मम ਬੁੱਧ ਪ੍ਰਬੀਨਾ ਐ ਮਹਾਰਾਜ ਇਹ ਮੇਰਾ ਦਾਸ ਨਹੀਂ ਇਹ ਬੁੱਧੀ ਕਰਕੇ ਬੜਾ ਪ੍ਰਬੀਨ ਹੈ ਨਿਪੁਰ ਹੈ ਇਦੀ ਬੁੱਧੀ ਬੜੀ ਉੱਚੇ ਲੈਵਲ ਵਾਲੀ ਹੈ ਸੰਤਨ ਕੇ ਸਭ ਯਾ ਮਹ ਲੱਛਣ ਮਹਾਰਾਜ ਮੈਂ ਸ਼ੁਰੂ ਤੋਂ ਜਾਣਦਾ ਵਾਂ ਕਿ ਮੇਰਾ ਹਿਰਦਾ ਤੇ ਹੰਕਾਰੀ ਸੀ ਪਰ ਇਸ ਵਿੱਚ ਲੱਛਣ ਸ਼ੁਰੂ ਤੋਂ ਹੀ ਸੰਤਾ ਮਹ ਪੁਰਖਾਂ ਵਾਲੇ ਸਨ ਮਹਾਰਾਜ ਇਹਨੇ ਕਦੀ ਮੈਨੂੰ ਨਾ ਨੁਕਰਨੇ ਕੀਤਾ ਸਤਿ ਵਚਨ ਆਖਦਾ ਰਿਹਾ ਪਾਤਸ਼ਾਹ ਮਹਾਰਾਜ ਜਿਤਨਾ ਨਿਮਰਤ ਨਿਮਰਤਾ ਵਾਲਾ ਇਹ ਸੀ ਅੱਜ ਮਹਾਰਾਜ ਇਹਨੂੰ ਭਾਗ ਛੇਤੀ ਲੱਗ ਗਏ ਤੇ ਮੇਰੇ ਮਨ ਵਿੱਚ ਮਾਨ ਸੀ ਮਹਾਰਾਜ ਇਸ ਕਰਕੇ ਮੈਨੂੰ ਭਾਗ ਲੱਗੇ ਪਰ دیر ਬਾਅਦ ਲੱਗੇ ਪਾਤਸ਼ਾਹ ਇਹਦੇ ਮਾਨ ਵਿੱਚ ਜਿਹੜੇ ਲੱਛਣ ਸਨ ਇਹਦੇ ਅੰਤਿਸ਼ ਕਰਨ ਵਿੱਚ ਉਹ ਸਭ ਲੱਛਣ ਸਭ ਗੁਣ ਨਿਮਰਤਾ ਵਾਲੇ ਸਨ ਸੰਤਾ ਮਹਾਂਪੁਰਖਾਂ ਵਾਲੇ ਸਨ ਕਰਮ ਧਰਮ ਕੇ ਵਿਖੇ ਵਿਚ ਅਛਣ ਤੇ ਕਰਮ ਧਰਮ ਜਿਹੜੇ ਕਰਮ ਧਰਮ ਦੇ ਕਾਰਜ ਕਰਨੇ ਧਰਮ ਦੇ ਕਾਰਜ ਕਰਨੇ ਨਾਮ ਜਪਣਾ ਸੇਵਾ ਕਰਨੀ ਸਾਧਨਾ ਕਰਨੀ ਮਿੱਠ ਬੋਲਣਾ ਨਿਮਰਤਾ ਰੱਖਣੀ ਸ਼ੋਭ ਗੁਣ ਸਾਰੇ ਇਹਦੇ ਵਿੱਚ ਹਨ ਮਹਾਰਾਜ ਤੇ ਪਾਤਸ਼ਾਹ ਅੱਜ ਪ੍ਰਤੱਖ ਨਜ਼ਰ ਆ ਗਏ ਪੁਨਰਾਵਰ ਕੀ ਕਰੁਣਾ ਹੋਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹੀ ਤਾਂ ਖਾਲਸ ਹੁੰਦਾ ਹੈ ਖਾਲਸਾ ਜੀ ਬੰਦਾ ਕਿੰਨੇ ਮਰਜ਼ੀ ਕਰਮ ਧਰਮ ਕਰ ਲਵੇ ਜੋ ਮਰਜ਼ੀ ਕਮਾਈ ਕਰ ਲਵੇ ਜਦ ਤੱਕ ਕਿਰਪਾ ਨਹੀਂ ਹੁੰਦੀ ਕਪਾੜ ਨਹੀਂ ਖੁੱਲਦੇ ਤੇ ਮਹਾਰਾਜ ਭਾਂਡਾ ਤਿਆਰ ਸੀ ਬਸ ਲੱਛਣ ਸਾਰੇ ਸੰਤਾਂ ਵਾਲੇ ਸਨ ਪੁੰਨ ਰਾਵਰ ਕੀ ਕਿਰਪਾ ਹੋਈ ਫਿਰ ਤੁਹਾਡੀ ਬਖਸ਼ਿਸ਼ ਹੋਈ ਪਾਤਸ਼ਾਹ ਤੁਸੀਂ ਮਿਹਰ ਦੀ ਨਿਗਾਹ ਕੀਤੀ ਆਪਣੀ ਰਹਿਮਤ ਕੀਤੀ ਹੈ ਬੰਧਨ ਯੋਗ ਭਲੇ ਹੈ ਸੋਈ ਹੁਣ ਮਹਾਰਾਜ ਇਹ ਨੋਕਰ ਮੇਰਾ ਇਹ ਮੇਰਾ ਪ੍ਰਮਾਤਮਾ ਬਣ ਗਿਆ ਪਾਤਸ਼ਾਹ ਇਹ ਬੰਧਨ ਯੋਗ ਇਹਨੂੰ ਮੱਥਾ ਟੇਕਣਾ ਪਾਸ਼ਾ ਚੰਗਾ ਹੈ ਏ ਮਹਾਰਾਜ ਮੱਥਾ ਟੇਕਣ ਯੋਗ ਬਣ ਗਿਆ ਹੈ ਅਬ ਜੇ ਡਰ ਹੋ ਚਰਣ ਸਵਾਨਾ ਮਹਾਰਾਜ ਇਹਨੂੰ ਛੱਡੋ ਹੁਣ ਤੁਸੀਂ ਜੇ ਕਿਰਪਾ ਕਰੋਗੇ ਨਾ ਆਖੋਗੇ ਇੱਕ ਵਾਰੀ ਕਿ ਸਾਲਸਰਾਏ ਇਸ ਕੁੱਤੇ ਦੇ ਚਰਨਾਂ ਤੇ ਮੱਥਾ ਡੇਗ ਮਹਾਰਾਜ ਮੈਂ ਉਹ ਵੀ ਕਰ ਦਵਾਂਗਾ ਤੁਹਾਡੀ ਕਿਰਪਾ ਪਾਸਾ ਜਿਸ ਤੇ ਹੋ ਜਾਵੇ ਨਾ ਉਹ ਭਾਵੇਂ ਜੀਵ ਵੀ ਹੋਵੇ ਪਸ਼ੂ ਵੀ ਹੋਵੇ ਪੱਥਰ ਵੀ ਹੋਵੇ ਕੀਟ ਵੀ ਹੋਵੇ ਜੋ ਮਰਜ਼ੀ ਹੋਵੇ ਉਹ ਪ੍ਰਮਾਤਮਾ ਬਣ ਜਾਂਦਾ ਹੈ ਸਤਿ ਸ੍ਰੀ ਅਕਾਲ ਤੁਹਾਡੀ ਮਿਹਰ ਦੀ ਨਿਗਾਹ ਪਾਤਸ਼ਾ ਬੜੀ ਵੱਡੀ ਹੈ ਤੁਸੀਂ ਪਾਤਸ਼ਾ ਬਸ ਅੰਦਰ ਪ੍ਰਮਾਤਮਾ ਸਰੂਪ ਕਿਰਪਾਈ ਕਰ ਦਿਓ ਪਾਤਸ਼ਾ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਤੁਹਾਡੇ ਨੇਤਰਾ ਵਿੱਚੋਂ ਪਾਤਸ਼ਾ ਮਿਹਰ ਬਾਹਰ ਆਉਂਦੀ ਬਸ ਤੇ ਸਤਿਗੁਰੂ ਮਹਾਰਾਜ ਤੁਸੀਂ ਹੁਣ ਜੋ ਬਚਨ ਆਖੋਗੇ ਵੀ ਕੁੱਤੇ ਦੇ ਚਰਨਾਂ ਤੇ ਮੱਥਾ ਟੇਕ ਉਹ ਵੀ ਟੇਕ ਦਵਾਂਗਾ ਜਦ ਪਨਾਇ ਇਸ ਕਰਹੋ ਹਾਨਾ ਫੇਰ ਵੀ ਤੁਹਾਡੀ ਆਇਸ ਤੁਹਾਡਾ ਹੁਕਮ ਮਹਾਰਾਜ ਨਹੀਂ ਮੁਗੜਾਂਗਾ ਤੁਹਾਡੀ ਆਗਿਆ ਦਾ ਹਾਨ ਨਹੀਂ ਕਰਾਂਗਾ ਹਾਨੀ ਨਹੀਂ ਕਰਾਂਗਾ ਭਾਵ ਕਿ ਤੁਹਾਡਾ ਬਚਨ ਨਹੀਂ ਮੋੜਾਂਗਾ ਸੁਣ ਬਚ ਬਿਗਸੇ ਪੰਕਜ ਬਦਨਾ ਸਤਿਗੁਰ ਨਾਨਕ ਪਾਤਸ਼ਾਹ ਪੰਕਜ ਬੰਦਰਾ ਜਿਨ੍ਹਾਂ ਦਾ ਚਿਹਰਾ ਜਿਨ੍ਹਾਂ ਦਾ ਸਰੂਪ ਕਮਲ ਵਰਗਾ ਸੁੰਦਰ ਹੈ ਖਾਲਸਾ ਜੀਓ ਐਸੇ ਗੁਰੂ ਨਾਨਕ ਪਾਤਸ਼ਾਹ ਸਾਲ ਸਰਾਏ ਦੀ ਬੇਨਤੀ ਸੁਣ ਕੇ ਉਹਦੀ ਨਿਮਰਤਾ ਸੁਣ ਕੇ ਮਹਾਰਾਜ ਥੋੜੇ ਮੁਸ਼ਕਰਾਏ ਕਹਿ ਤਵ ਬੰਧਨ ਭਏ ਨਿਕਦਨਾ ਪਾਤਸ਼ਾਹ ਕਹਿੰਦੇ ਚੱਲ ਸਾਲ ਸਰਾਏ ਤੇਰੇ ਵੀ ਬੰਧਨ ਖਤਮ ਹੋ ਗਏ ਜਾ ਜਦੋਂ ਨਿਮਰਤਾ ਆ ਗਈ ਬੰਧਨ ਖਤਮ ਜਦੋਂ ਸ਼ਰਧਾ ਭਾਵਨਾ ਜਾਗ ਵੀ ਵੀ ਇਹੀ ਮੇਰੇ ਗਤੀ ਦਾਤੇ ਹਨ ਇਹੀ ਮੁਕਤੀ ਦਾਤੇ ਹਨ ਬਸ ਉਹੀ ਕਿਰਪਾ ਕਰਦਾ ਖਾਲਸਾ ਜੀ ਬਸ ਭਾਵਨਾ ਹੀ ਕਿਰਪਾ ਕਰਦੀ ਜਿਤੇ ਭਾਵਨਾ ਨਹੀਂ ਉਥੇ ਕੁਛ ਨਹੀਂ ਹੁੰਦਾ ਖਾਲਸਾ ਜੀ ਕਲਗੀਧਰ ਪਾਤਸ਼ਾ ਆਪਣੀ ਬਾਣੀ ਚ ਫਰਮਾਨ ਕਰਦੇ ਅਕਾਲ ਉਸਤਤ ਪਾਸ਼ਾ ਕਿ ਜਿਹਦੇ ਮਨ ਚ ਭਾਵਨਾ ਨਹੀਂ ਭਾਵਨਾ ਬਹੀਨ ਕੈਸੇ ਭੇਟਾ ਪਰਲੋਕ ਸੋ ਜੇ ਭਾਵਨਾ ਨਹੀਂ ਕਿਵੇਂ ਮਿਲਾਪ ਹੋਵੇਗਾ ਸਤਖੰਡ ਪ੍ਰਮਾਤਮਾ ਸਰੂਪ ਨਾਲ ਨਹੀਂ ਹੋਣਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਲਸਰਾਏ ਜਾਂ ਫਿਰ ਆਨੰਦ ਲੈ ਹੁਣ ਤੇਰੀ ਮੁਕਤੀ ਹੋ ਗਈ ਨਿਰੰਕਾਰ ਕੋ ਬੰਧਨ ਕਰੀਏ ਤੇ ਹੁਣ ਰੱਬ ਨੂੰ ਮੱਥਾ ਟੇਕ ਅਕਾਲ ਪੁਰਖ ਨੂੰ ਮੱਥਾ ਟੇਕ ਜੋ ਨਿਰੰਕਾਰ ਹੈ ਜੋ ਤੇਰੇ ਅੰਦਰ ਜਿਹਦਾ ਆਕਾਰ ਨਹੀਂ ਉਸ ਨੂੰ ਅੰਦਰੋਂ ਅੰਦਰ ਹੀ ਮੱਥਾ ਟੇਕ ਹਿਰਦੇ ਸਰਬ ਭਰਮ ਪਰ ਹਰੀਏ ਤੇ ਹਿਰਦੇ ਵਿੱਚੋਂ ਸਾਰੇ ਭਰਮ ਪਰ ਹਰੀਏ ਦੂਰ ਕਰ ਦੇ ਓਏ ਉਹ ਪਿਆਰਿਆ ਤੂੰ ਰੱਬ ਹੀ ਬਣ ਗਿਆ ਬਸ ਉਹ ਸਾਧ ਸਰਾਏ ਵੀ ਰੱਬ ਹੀ ਬਣ ਗਿਆ ਖਾਲਸਾ ਜੀ ਪਾਤਸ਼ਾਹ ਕਹਿੰਦੇ ਸਾਧ ਸਰਾਏ ਜੋ ਨਿਰੰਕਾਰ ਤੇਰੇ ਹਿਰਦੇ ਵਿੱਚ ਹੈ ਉਹਨੂੰ ਮੱਥਾ ਟੇਕ ਅੰਦਰੋਂ ਅੰਦਰੀ ਜਿਤਰੇ ਤੇਰੇ ਭਰਮ ਹਨ ਉਹ ਸਾਰੇ ਦੂਰ ਕਰ ਦੇ ਸੁਣ ਸਾਲਸ ਕੀਨੀ ਅਸ਼ਟੰਗ ਤੇ ਇਹ ਗੱਲ ਸੁਣ ਕੇ ਪਾਤਸ਼ਾਹ ਦੇ ਬਚਨ ਸੁਣ ਕੇ ਸਾਧ ਸਰਾਏ ਨੇ ਫਿਰ ਅਸ਼ਟੰਗ ਵੰਦਨਾ ਕੀਤੀ ਮਹਾਰਾਜ ਨੂੰ ਸਰੀਰ ਦੇ ਅੱਠ ਅੰਗ ਜੋ ਗੁਰੂ ਚਰਨਾਵਾਂ ਵਿੱਚ ਝੁਕਾਏ ਹਨ ਮੱਥਾ ਟੇਕਿਆ ਉਸਨੇ ਉਸ ਤਦ ਭਨ ਹੀ ਮਨ ਅਨੁਰਾਗ ਤੇ ਗੁਰੂ ਪਾਸ਼ਾ ਦੀ ਵਡਿਆਈ ਕਰਨ ਲੱਗਾ ਮਨ ਵਿੱਚ ਪ੍ਰੇਮ ਭਾਵਨਾ ਕਹਿਦਕ ਸ਼ਰਧਾ ਪੈਦਾ ਕਰਕੇ ਬੜੇ ਪ੍ਰੇਮ ਨਾਲ ਭਾਵਨਾ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਕਰਨ ਲੱਗਾ ਸਿਰ ਨਾਨਕ ਕਰुणा निध स्वामी ਐ ਮੇਰੇ ਪਾਤਸ਼ਾਹ ਸਿਰ ਨਾਨਕ ਕਰुणा निध स्वामी ਤਨ ਗੁਰੂ ਨਾਨਕ ਪਾਤਸ਼ਾਹ ਤੁਸੀਂ ਕਰुणा निध ਕਿਰਪਾ ਦੇ ਖਜ਼ਾਨੇ ਹੋ ਮੇਰੇ ਸਵਾਸਾ ਦੇ ਮਾਲਕ ਹੋ ਤੀਨ ਲੋਕ ਪਤ ਅੰਤਰਜਾਮੀ ਤਿੰਨ ਲੋਕਾਂ ਦੇ ਪਤੀ ਹੋ ਮਹਾਰਾਜ ਤੇ ਸਤਗੁਰ ਪਾਤਸ਼ਾਹ ਅੰਤਰਜਾਮੀ ਹੋ ਸਭਨਾ ਦੇ ਹਿਰਦੇ ਦੀ ਜਾਣਨ ਵਾਲੇ ਹੋ ਸੁਖਦਾਇਕ ਸੇਵਕਰ ਭਗਾਇਕ ਸਭਨਾ ਨੂੰ ਸੁਖ ਦੇਣ ਵਾਲੇ ਹੋ ਜਿਹੜੇ ਵੈਰੀ ਹਨ ਦੁਸ਼ਮਣ ਹਨ ਪਾਪੀ ਹਨ ਉਹਨਾਂ ਦਾ ਆਪ ਜੀ ਘਾਣ ਕਰਨ ਵਾਲੇ ਹੋ ਉਹਨਾਂ ਦਾ ਨਾਸ਼ ਕਰਨ ਵਾਲੇ ਹੋ ਮੋਹ ਲਛ ਦਰਸ਼ਨ ਤੁਮ ਸਾਇਕ ਤੁਹਾਡੇ ਦਰਸ਼ਨ ਤੀਰ ਹਨ ਜਿਹੜੇ ਮੋਹ ਰੂਪੀ ਨਿਸ਼ਾਨੇ ਨੂੰ ਖਤਮ ਕਰਦੇ ਜਿਸ ਤੀਰ ਨੇ ਨਿਸ਼ਾਨੇ ਤੇ ਜਾਣਾ ਹੈ ਨਾ ਇਦੋਂ ਨਿਸ਼ਾਨੇ ਤੇ ਲੱਗ ਗਿਆ ਆਪਣਾ ਕੰਮ ਜ਼ਰੂਰ ਕਰੇਗਾ ਤੇ ਜਿਹੜਾ ਮੋਹ ਰੂਪੀ ਤੀਰ ਹੈ ਉਹ ਕੌਣ ਹੈ ਪਾਤਸ਼ਾਹ ਤੁਹਾਡੇ ਦਰਸ਼ਨ ਤੀਰ ਤੇ ਨਿਸ਼ਾਨਾ ਹੈ ਮੋਹ ਰੂਪੀ ਜਿੱਥੇ ਉਹਨੇ ਵਿੰਨਾ ਹੈ ਤੇ ਮਹਾਰਾਜ ਮੇਰੇ ਮਨ ਦਾ ਮੋਹ ਤੁਹਾਡੇ ਦਰਸ਼ਨ ਨੇ ਪਾਤਸ਼ਾਹ ਉਹ ਦੂਰ ਕਰ ਦਿੱਤਾ ਹੈ ਉਹਨੂੰ ਮਾਰ ਦਿੱਤਾ ਹੈ ਮਹਾਰਾਜ ਸੁਰਨਾਇਕ ਨਾਇਕ ਐ ਮਹਾਰਾਜ ਤੁਸੀਂ ਇੰਦਰ ਦੇਵੀ ਨਾਇਕ ਮਾਲਕ ਹੋ ਇੰਦਰ ਦੇਵੀ ਇੰਦਰ ਹੋ ਪਾਤਸ਼ਾ ਨਮੋ ਇੰਦਰ ਇੰਦਰੇ ਤੁਸੀਂ ਐਸੇ ਸਰੂਪ ਹੋ ਅਹ ਹੈ ਅਜੀਤ ਬਸੀ ਇਕ ਪਾਇਕ ਮਹਾਰਾਜ ਤੁਸੀਂ ਅਜੀਤ ਹੋ ਪਰ ਇਕ ਦੇ ਤੁਸੀਂ ਅਧੀਨ ਹੋ ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ ਰੱਬ ਨੇ ਸਭ ਨੂੰ ਕਾਬੂ ਕੀਤਾ ਹੋਇਆ ਪਰ ਰੱਬ ਨੂੰ ਭਗਤਾਂ ਨੇ ਕਾਬੂ ਕੀਤਾ ਹੋਇਆ ਖਾਲਸਾ ਜੀ ਰੱਬ ਅਜੀਤ ਹੈ ਉਹਨੂੰ ਕੋ ਜਿੱਤ ਨਹੀਂ ਸਕਦਾ ਪਰ ਰੱਬ ਜੀ ਤੁਹਾਨੂੰ ਵੀ ਕਾਬੂ ਕੀਤਾ ਤੁਹਾਡੇ ਭਗਤਾਂ ਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਗਲਵਖੜੀ ਪਾ ਕੇ ਮੇਰੀ ਬੰਦ ਹੀ ਭਗਤ ਛੁਡਾਵੇ ਬੰਦ ਹੈ ਭਗਤ ਨਾ ਛੂਟਾ ਮੋਹੇ ਏਕ ਸਮੈ ਮੋਕੋ ਗਹਿ ਬੰਦ ਹੈ ਤਉ ਫੋਨੋ ਮੋਪੈ ਜਵਾਬ ਨਾ ਹੋਏ ਮੈਂ ਗੁਲਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਕਿ ਰੱਬ ਦਾ ਆਸਰਾ ਰੱਬ ਦੇ ਭਗਤ ਹਨ ਖਾਲਸਾ ਜੀ ਉਹ ਉਹ ਭਗਤ ਪ੍ਰੇਮ ਦੀਆਂ ਡੋਰੀਆਂ ਪਾ ਕੇ ਰੱਬ ਨੂੰ ਬੰਨ ਲੈਂਦੇ ਹਨ ਪੁੱਤੋ ਸੀਸ ਗਜ ਡੇਢ ਕਚੀਰਨ ਜਦੋਂ ਉਹਨੇ ਬੇਨਤੀ ਕੀਤੀ ਨਾ ਤੇ ਪਾਤਸ਼ਾਹ ਦੇ ਸੀਸ ਤੇ ਡੇਢ ਗੱਜ ਕਪੜਾ ਸੀ ਇੱਕ ਬਸਤਰ ਸੀ ਤੇ ਇਹ ਚਿੰਨ ਦੀਨੋ ਗੁਣੀ ਘਹਿਿਰਨ ਤੇ ਗੁਣਾ ਦੇ ਗਹਿਿਰ ਖਜ਼ਾਨੇ ਗੁਰੂ ਨਾਨਕ ਪਾਤਸ਼ਾਹ ਨੇ ਗੁਣਾ ਦੇ ਮਾਲਕ ਗੁਰੂ ਨਾਨਕ ਪਾਹ ਰਾਜੇ ਨੇ ਉਹ ਬਸਤਰ ਲੈ ਕੇ ਆਪਣੇ ਸੀਸ ਦਾ ਪਾਤਸ਼ਾਹ ਨੇ ਸਾਲਸਰਾਏ ਨੂੰ ਅਰਪਣ ਕੀਤਾ ਹੈ ਦੋਹਰਾ ਸਾਲਸ ਬੰਧਿਓ ਸੀਸ ਪਰ ਸ਼ੀਗਰ ਖੁਲੇ ਕਪਾਟ ਸਾਲਸਰਾਏ ਨੇ ਬਸਤਰ ਲੈ ਕੇ ਨਾ ਸੀਸ ਤੇ ਸਜਾ ਲਿਆ ਜਦੋਂ ਸਜਾਇਆ ਬਸ ਉਸੇ ਵੇਲੇ ਕਪਾੜ ਖੁੱਲ ਗਏ ਉਹਦੇ ਜਿੱਤਨੇ ਅੰਦਰ ਬੰਧਨ ਸਨ ਨਾ ਮੋਹ ਦੇ ਪਰਮ ਅਗਿਆਨ ਦੇ ਦੁਬਦਾ ਦੇ ਅੰਦਰ ਦਵੈਤ ਭਾਵਨਾ ਉਹ ਸਭ ਬੰਧਨ ਆਪਣੇ ਆਪ ਅੰਦਰੋਂ ਖੁੱਲ ਗਏ ਗਿਆਨ ਆਨੰਦ ਪੂਰਨ ਭਇਓ ਠਟਿਓ ਔਰ ਹੀ ਠਾਟ ਤੇ ਹੁਣ ਗਿਆਨ ਆਨੰਦ ਅੰਦਰ ਪੂਰਨ ਹੋ ਗਿਆ ਖਾਲਸਾ ਜੀ ਉਹ ਅਗਿਆਨ ਖਤਮ ਗੁਰੂ ਪਾਤਸ਼ਾਹ ਨੇ ਮਿਹਰ ਜੀ ਨਿਗਾਹ ਕੀਤੀ ਉਹਨਾਂ ਦੇ ਬਸਤਰ ਨਹੀਂ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਬਸ ਜਦੋਂ ਬਸਤਰ ਪਾਤਸ਼ਾਹ ਦੇ ਸੀਸ ਦਾ ਛੋਇਆ ਸਾਲਸਰਾਏ ਦੇ ਸੀਸ ਨੂੰ ਤੇ ਸਾਲਸਰਾਏ ਦੇ ਹਿਰਦੇ ਵਿੱਚੋਂ ਆਤਮ ਆਨੰਦ ਆਤਮ ਗਿਆਨ ਪੈਦਾ ਹੋ ਗਿਆ ਹੋਰ ਹੀ ਆਨੰਦ ਵਿੱਚ ਆ ਗਿਆ ਬਸ ਦੁਨਿਆਵੀ ਸਭ ਕੁਝ ਭੁੱਲ ਗਿਆ ਬਸ ਐਸੇ ਆਨੰਦ ਵਿੱਚ ਆਇਆ ਉਹ ਆਪਣਾ ਆਪੀ ਭੁੱਲ ਗਿਆ ਸੋਰਠਾ ਪਾ ਨਿਹਾਲ ਤਤਕਾਲ ਸ੍ਰੀ ਗੁਰੂ ਨਾਨਕ ਮਯਾ ਤੇ ਗੁਰੂ ਨਾਨਕ ਪਾਸ਼ਾ ਜੀ ਕਿਰਪਾ ਨਾਲ ਮਯਾ ਤੇ ਗੁਰੂ ਨਾਨਕ ਪਾਸ਼ਾ ਦੇ ਕਿਰਪਾ ਨਾਲ ਸਾਲ ਸਰਾਏ ਨਿਹਾਲ ਹੋ ਗਿਆ ਉਹ ਮੰਗਿਓ ਪ੍ਰੇਮ ਵਿਸਾਲ ਉਸ ਤਤ ਉਚਰਤ ਸ਼ਬਦ ਕਰ ਅੰਦਰੂਪ ਪ੍ਰੇਮ ਹੋਰ ਉਮਗਣ ਲਗਾ ਤਰੰਗਾ ਬਾਹਰ ਆਣ ਲਗੀਆਂ ਪ੍ਰੇਮ ਦੀਆਂ ਤੇ ਸਾਲ ਸਰਾਏ ਹੁਣ ਇਨ੍ਹਾਂ ਸ਼ਬਦਾ ਰਾਹੀ ਇਨਾ ਪੰਗਤਿਆਂ ਰਾਹੀ ਵਡਿਆਈ ਕਰਨ ਲੱਗਾ ਗੁਰੂ ਨਾਨਕ ਪਾਤਸ਼ਾਹ ਦੀ ਪੂਰੇ ਸਤਗੁਰ ਨਾਮ ਕਾ ਦੀਨੋ ਖੋਲ ਕਪਾਟ ਐ ਮਹਾਰਾਜ ਪੂਰੇ ਸਤਗੁਰ ਨਾਮ ਕਾ ਦੀਨੋ ਖੋਲ ਕਪਾਟ ਪਾਤਸ਼ਾਹ ਤੁਸੀਂ ਪੂਰੇ ਹੋ ਪੂਰੇ ਗੁਰੂ ਨੇ ਨਾਮ ਦਾ ਉਪਦੇਸ਼ ਦੇ ਕੇ ਮੇਰੇ ਕਪਾੜ ਖੋਲਦੇ ਪਾਤਸ਼ਾ ਦੁਨਿਆਵੀ ਅਧੂਰਿਆਂ ਦਾ ਨਾਮ ਵੀ ਅਧੂਰਾ ਹੈ ਉਹ ਆਪ ਡੁੱਬੇ ਚੋਂ ਬੇਦਮਹ ਚੈਲੇ ਦੀਏ ਬਹਾਏ ਪਰ ਪੂਰੇ ਸਤਗੁਰ ਪਾਤਸ਼ਾ ਤੁਸੀਂ ਪੂਰੇ ਤੁਹਾਡਾ ਨਾਮ ਪੂਰਾ ਤੁਹਾਡੀ ਮਿਹਰ ਪੂਰੀ ਉਸ ਮਿਹਰ ਸਦਕਾ ਪਾਤਸ਼ਾ ਅੱਜ ਕਪਾੜ ਖੁੱਲ ਗਏ ਇਕ ਜੋ ਵਣਜ ਵਣੰਜਿਆ ਬਹਰ ਨਾ ਆਵੇ ਘਾਟ ਇਕ ਜੋ ਵਣਜ ਵਣੰਜਿਆ ਇਕ ਪਾਤਸ਼ਾ ਜਿਹੜਾ ਨਾਮ ਦਾ ਵਣਜ ਮੈਂ ਕੀਤਾ ਹੈ ਨਾ ਮੁੜ ਕੇ ਘਾਟ ਨਹੀਂ ਆਉਣੀ ਮਹਾਰਾਜ ਬਹਰ ਨਾ ਆਵੇ ਘਾਟ ਇਹ ਨਾਮ ਕੋਈ ਜੀਵੇ ਜੀਵੇ ਜਪਦਾ ਹੈ ਨਾ ਵਾਹੇ ਗੁਰੂ ਵਾਹੇ ਗੁਰੂ ਫਿਰ ਇਹ ਜੀ ਘਾਟ ਨਹੀਂ ਆਉਂਦੀ ਹੋਰ ਅੰਦਰ ਰਸ ਪੈਦਾ ਵੀ ਹੋਰ ਜਪਾ ਹੋਰ ਜਪਾ ਹੋਰ ਜਪਾ ਘਾਟ ਨਹੀਂ ਆਉਂਦੀ ਖਾਲਸਾ ਜੀ ਉਹ ਐ ਮੇਰੇ ਮਹਾਰਾਜ ਮੇਰੇ ਪਾਤਸ਼ਾਹ ਇਹ ਤੁਸੀਂ ਕਿਰਪਾ ਕੀਤੀ ਸਤ ਗੁਰ ਨਾਨਕ ਪੂਰਾ ਬਚਨ ਕਾ ਸੂਰਾ ਧਨ ਗੁਰ ਨਾਨਕ ਪਾਸ਼ਾ ਤੁਸੀਂ ਪੂਰੇ ਹੋ ਤੇ ਬਚਨਾਂ ਦੇ ਸੂਰੇ ਹੋ ਸਿਆਣੇ ਦੀ ਕਹਾਵਤ ਹੈ ਬਹੇ ਪੂਰਾ ਫਿਰੇ ਸੂਰਾ ਗੁਰੂ ਨਾਨਕ ਪਾਸ਼ਾ ਸੂਰਮੇ ਵੀ ਹਨ ਤੇ ਪੂਰੇ ਵੀ ਜਿੱਥੇ ਬੰਦੇ ਤੇ ਉਹਨੂੰ ਪੂਰਾ ਬਣਾ ਦਿੰਦੇ ਜਿੱਥੇ ਜਦੋਂ ਪਾਤਸ਼ਾਹ ਉਦਾਸੀਆਂ ਕਰਦੇ ਫਿਰਦੇ ਹਨ ਦਰਸ਼ਨ ਦਿੰਦੇ ਸਾਰਿਆਂ ਨੂੰ ਉਦੋਂ ਮਹਾਰਾ ਸੂਰਮੇ ਹਨ ਤਾਂ ਗੁਰੂ ਨਾਨਕ ਪਾਸ਼ਾ ਤੁਸੀਂ ਪੂਰੇ ਵੀ ਹੋ ਅਤੇ ਸੂਰਮੇ ਜੋਧੇ ਵੀ ਹੋ ਰਹਾਓ ਬਿਸ਼ਰਾਮ ਦੇ ਕੇ ਉਹਨੇ ਬੇਨਤੀ ਕੀਤੀ ਹੈ ਆਗਮ ਨਿਗਮ ਦਿਖਾਵਤਾ ਖੋਲੇ ਨਿਦ੍ਰਿ ਅਨੰਤ ਤੇ ਪਾਤਸ਼ਾਹ ਤੁਸੀਂ ਆਗਮ ਨਿਗਮ ਵੇਦ ਸ਼ਾਸਤਰ ਵਿਖਾ ਦਿੱਤੇ ਵੀ ਉਹਨਾਂ ਦਾ ਗਿਆਨ ਇਹ ਹੈ ਬਸ ਤੀਜਾ ਜਿਹੜਾ ਨੇਤਰ ਹੈ ਨਾ ਗਿਆਨ ਦਾ ਨੇਤਰ ਰੋਹਾਨੀ ਨੇਤਰ ਉਹ ਪਾਤਸ਼ਾਹ ਤੁਸੀਂ ਖੋਲਣ ਵਾਲੇ ਹੋ ਬਸ ਇਹ ਅਸਲ ਨੈਤਰ ਹੈ ਖਾਲਸਾ ਅੰਦਰਲੇ ਕਪਾੜ ਖੁੱਲਨੇ ਜਿਸ ਨੂੰ ਬਾਣੀ ਚ ਆਖਿਆ ਹੈ ਸੇ ਅਖਣੀਆਂ ਬਿਆਨ ਜਿਨੀ ਦਿਸੰਦੋ ਮਾ ਪਰੀ ਉਹ ਅਖ ਹੋਰ ਹਨ ਉਹ ਤੀਜਾ ਨੈਤਰ ਹੋਰ ਹੈ ਜਿਸ ਨੇ ਆਤਮ ਸਰੂਪ ਦੇ ਦਰਸ਼ਨ ਕਰਨੇ ਹਨ ਜਗਤ ਵਣਜਾਰਾ ਸਗਲ ਹੈ ਸਾਹੋ ਏਕ ਭਗਵੰਤ ਐ ਮਹਾਰਾਜ ਦੁਨੀਆ ਸਾਰੀ ਵਣਜਾਰਾ ਹੈ ਦੁਨੀਆ ਸਾਰੀ ਵਪਾਰ ਕਰਨ ਵਾਲਾ ਹੈ ਇੱਕੋ ਮਹਾਰਾਜ ਸ਼ਾਹੂ ਹੈ ਉਹ ਕੌਣ ਹੈ ਪਰਮਾਤਮਾ ਹੈ ਮੇਰੇ ਮਹਾਰਾਜ ਧੰਨ ਗੁਰੂ ਨਾਨਕ ਪਾਸ਼ਾ ਤੁਸੀਂ ਰੱਬ ਦਾ ਸਰੂਪ ਹੋ ਤੁਸੀਂ ਆਪ ਹੀ ਸ਼ਾਹੂਕਾਰ ਹੋ ਵਣਜ ਹਮਾਰਾ ਸਤਿਗੁਰੂ ਪੂੰਜੀ ਹਮਰੇ ਨਾਮ ਸਾਡਾ ਵਣਜ ਤੁਹਾਡੇ ਨਾਲ ਹੈ ਮਹਾਰਾਜ ਅਸੀਂ ਕਿਹੜਾ ਰੱਬ ਵੇਖਿਆ ਹੈ ਰੱਬ ਤਾਂ ਗੁਰੂ ਨੇ ਵਿਖਾਣਾ ਹੈ ਖਾਲਸਾ ਜੀ ਉਹ ਸ਼ਾਹੂਕਾਰ ਅਕਾਲ ਪੁਰਖ ਪ੍ਰਭਾਤਮਾ ਤੇ ਮਹਾਰਾਜ ਅਸੀਂ ਰੱਬ ਨੂੰ ਨਹੀਂ ਵੇਖਿਆ ਵਣਜ ਹਮਾਰਾ ਗੁਰੂ ਹੈ ਸਾਡਾ ਵਣਜ ਤੁਹਾਡੇ ਨਾਲ ਹੈ ਪਾਤਸ਼ਾਹ ਤੇ ਪਾਤਸ਼ਾਹ ਸਾਡੇ ਕੋਲ ਪੂੰਜੀ ਕਿਹੜੀ ਹੈ ਨਾਮ ਦੀ ਪੂੰਜੀ ਹੈ ਬਸ ਨਾਮ ਜਪ-ਜਪ ਕੇ ਤੁਸੀਂ ਸਾਨੂੰ ਪਾਤਸ਼ਾਹ ਪਰਮਾਤਮਾ ਦੇ ਦਰਸ਼ਨ ਕਰਾਣੇ ਹਨ ਆਠ ਪਹਿਰ ਤੁਨ ਲਾਗ ਹੈ ਸੋਈ ਹਮਾਰੇ ਕਾਮ ਤੇ ਪਾਤਸ਼ਾਹ ਸਾਡਾ ਕੰਮ ਹੁਣ ਕੀ ਬਣ ਗਿਆ ਆਠ ਪਹਿਰ ਦਿਨ ਰਾਤ 24 ਘੰਟੇ ਜਿਹੜੀ ਅਨਹਦ ਧੁਨੀ ਹੈ ਨਾਮ ਦੀ ਉਸੇ ਵੀ ਸਾਡੀ ਸੁਰਤੀ ਪਾਤਸ਼ਾਹ ਜੁੜ ਜਾਵੇ ਇਹ ਤੁਸੀਂ ਕਿਰਪਾ ਕੀਤੀ ਮਹਾਰਾਜ ਕਿ ਲਗਾਤਾਰ ਅਨਹਦ ਧੁਨੀ ਵਿੱਚ ਇਹ ਮਨ ਜੁੜ ਜਾ ਗਿਆ ਇਹੀ ਸਾਡਾ ਹੁਣ ਕੰਮ ਬਣ ਗਿਆ ਹੈ ਸਾਲਸ ਬਿਨ ਵੈ ਬੇ ਨਤੀ ਤੂੰ ਸੁਣੀਏ ਕਰਤਾਰ ਐ ਕਰਤਾਰ ਪ੍ਰਮਾਤਮਾ ਗੁਰੂ ਨਾਨਕ ਪਾਤਸ਼ਾਹ ਜੀ ਸਾਲਸ ਬਿਨ ਵੈ ਬੇ ਨਤੀ ਸਾਦ ਸਰਾਏ ਬਾਰ ਬਾਰ ਬੇਨਤੀ ਕਰਦਾ ਹੈ ਫੇਰ ਬੇਨਤੀ ਕਰਦਾ ਮੇਰੇ ਕਰਤਾਰ ਪ੍ਰਮਾਤਮਾ ਸਾਡੀ ਬੇਨਤੀ ਸੁਣੋ ਗੱਜਾ ਰੰਗ ਯ ਤਾਰਕੈ ਚਾੜਿਓ ਰੰਗ ਅਪਾਰ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਅੰਦਰੋਂ ਬਚਨ ਆ ਇਸ ਹਾਲਸ ਰਾਏ ਦੇ ਇਹ ਹੈ ਬਾਣੀ ਵਿੱਚ ਨਹੀਂ ਪਰ ਪਾਸੰਦ ਰੰਗ ਦਿਖਾਤਾ ਰਾ ਹੁਣ ਹੁਣ ਜਦੋਂ ਇਹ ਸ਼ਬਦ ਆਏ ਪਰ ਬਾਣੀ ਰੂਪ ਹੀ ਬਣ ਗਏ ਤੇ ਭਾਵ ਆਪਣੀ ਬੇਨਤੀ ਬਣ ਗਏ ਨਾ ਇਹ ਹਾਲਸ ਰਾਏ ਦੀ ਬਾਣੀ ਹੈ ਜੇ ਕਹਿ ਲੋ ਉਹਦੀ ਬੇਨਤੀ ਹੈ तुसी महाराज कच्चा रंग उतार दिता है मेरे हिरदे चो प्रेम का रंग महाराज चढ़ा दिता है बस झूठा रंग सी कि मैं सालस राय हाँ जोरी हां अमीर हां मालक हाँ अज समझ आ गई महाराज मैं कुछ भी नहीं मैं नौकर हाँ महाराज दास हाँ नीवा हां कीट हां कुछ भी नहीं महाराज ਅਸਲ ਜਿਹੜਾ ਸਭ ਦਾ ਆਤਮ ਸਰੂਪ ਹੈ ਉਹ ਇੱਕੋ ਹੀ ਹੈ ਮਹਾਰਾਜ ਤੇ ਸਤਗੁਰ ਪਾਤਸ਼ਾਹ ਇਹ ਬੇਨਤੀ ਤੁਸੀਂ ਕਿਰਪਾ ਕੀਤੀ ਮੇਰੇ ਉੱਤੇ ਇਹ ਭਾਵਨਾ ਤੁਸੀਂ ਜਗਾਈ ਮਹਾਰਾਜ ਤੇ ਮੇਰੇ ਪਾਤਸ਼ਾਹ ਤਨ ਹੋ ਤੁਸੀਂ ਤਨ ਹੋ ਜੋ ਪਈ ਸਿਰੀ ਗੁਰ ਖੁਸ਼ੀ ਅਧਿਕ ਤਬ ਕੀਨੀ ਜਦੋਂ ਕੱਚਾ ਰੰਗ ਉਤਾਰਤਾ ਨਾ ਮਹਾਰਾਜੀ ਨੇ ਪ੍ਰੇਮ ਦਾ ਰੰਗ ਚੜ ਗਿਆ ਉਹਦੇ ਉੱਤੇ ਉਸ ਵੇਲੇ ਮਹਾਰਾਜੀ ਨੇ ਬਹੁਤ ਪ੍ਰਸੰਤਾ ਉਹਦੇ ਉੱਤੇ ਕੀਤੀ ਬਹੁਤ ਖੁਸ਼ੀ ਕੀਤੀ ਉਸ ਉੱਤੇ ਉਹ ਐ ਪ੍ਰਸੰਨ ਮਨਜੀਤ ਇਹ ਦੇਣੀ ਉਸ ਉੱਤੇ ਪ੍ਰਸੰਨ ਹੋ ਕੇ ਪਾਤਸ਼ਾਹ ਕਹਿੰਦੇ ਲੈ ਫਸਾਲ ਸਰਾਏ ਤੈਨੂੰ ਗੁਰਮੁਖ ਦੀ ਪਦਵੀ ਦੇਣ ਲੱਗੇ ਹੁਣ ਇਹ ਕਹਿ ਲੋ ਪਹਿਲਾ ਮੰਜੀਆਂ ਬਖਸ਼ਿਸ਼ ਕੀਤੀ ਗੁਰੂ ਨਾਨਕ ਮਹਾਰਾਜ ਜੀ ਨੇ ਮਨਜੀ ਕਹਿੰਦੇ ਉੱਚੀ ਅਵਸਥਾ ਹੁਣ ਸੀ ਕਹਿੰਦੇ ਪੀੜਾ ਸਾਹਿਬ ਮਨਜੀ ਸਾਹਿਬ ਮਨਜੀ ਉੱਤੇ ਕੌਣ ਬੰਦਾ ਹੈ ਜਿਹੜਾ ਉੱਚਾ ਹੋਵੇਗਾ ਜਿਹਦੀ ਅਵਸਥਾ ਮਾਇਆ ਤੋਂ ਉੱਚੀ ਹੋਵੇਗੀ ਉਹ ਉੱਚੇ ਥਾਂ ਤੇ ਬੈਠੇਗਾ ਨਾ ਜਿਹਦੀ ਅਵਸਥਾ ਗੁਰਮੁਖ ਵਾਲੀ ਹੈ ਉਹ ਗੁਰਮੁਖ ਦੀ ਪਦਵੀ ਪਾਤਸ਼ਾਹ ਹੁਣ ਸਾਲ ਸਰਾਏ ਨੂੰ ਦੇਣ ਲੱਗੇ ਹਨ ਸਗਲੇ ਪੁਰਖ ਪੂਜ ਬਨਾਇਓ ਐ ਸਾਲ ਸਰਾਏ ਹੁਣ ਤੈਨੂੰ ਮੰਜੀ ਦਿੱਤੀ ਐ ਜਾ ਸਾਰੇ ਇਲਾਕੇ ਦਾ ਪਟਨਾ ਸਾਹਿਬ ਦਾ ਬਸੰਬਰਪੁਰ ਦਾ ਹੁਣ ਤੂੰ ਪੂਜਣ ਯੋਗ ਮਾਲਕ ਬਣ ਗਿਆ ਹੈ ਤੂੰ ਹੁਣ ਗੁਰਮੁਖ ਬਣ ਗਿਆ ਹੈ ਤੂੰ ਸਾਰੇ ਇਲਾਕੇ ਨੂੰ ਸਿੱਖਿਆ ਦੇ ਆਪ ਨਾਮ ਜਪੀ ਜਾਹੀਂ ਆਪ ਨਾਮ ਜਪ ਕੇ ਹੋਰਾਂ ਨੂੰ ਜਪਾਈ ਜਾਹੀਂ ਬਸ ਨਾਮ ਜਪਣਾ ਨਾ ਛੱਡੀ ਕਿਉਂ ਜੀ ਹੁਣ ਤਾਂ ਇੱਕ ਹੋ ਗਏ ਆ ਜੇ ਕੋਈ ਕਵੇ ਜੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨ ਕਟਕ ਜਲ ਤਰੰਗ ਜੈਸਾ ਕੋਈ ਆਖੇ ਜੀ ਹੁਣ ਤਾਂ ਰੱਬ ਵੀ ਤੇ ਮੇਰੇ ਤੇ ਕੋਈ ਫਰਕ ਰਿਹਾ ਹੀ ਨਹੀਂ ਹੁਣ ਕੀ ਜਪਣ ਦੀ ਲੋੜ ਹੈ ਉਹਨੂੰ ਜਪਣ ਦੀ ਲੋੜ ਨਹੀਂ ਪਰ ਦੁਨਿਆਵੀ ਲੋਕਾਂ ਲਈ ਉਹ ਮਾਰਗਦਰਸ਼ਕ ਬਣ ਜਾਂਦਾ ਹੈ ਖਾਲਸਾ ਜੀ ਉਹ ਦੁਨਿਆਵੀ ਲੋਕ ਵਿਖਦੇ ਤਾਂ ਜਪਦਾ ਨਹੀਂ ਸੀ ਕੋਈ ਜਪੀਏ ਬਾਬਾ ਬੁੱਢਾ ਸਹਿਬ ਨੂੰ ਨਾਣ ਦੀ ਲੋੜ ਨਹੀਂ ਸੀ ਨਾਣ ਨਾਣ ਇੱਕੋ ਬਰਾਬਰ ਸਰ ਸੇਵਾ ਕਰਨ ਨਾ ਕਰਨ ਇੱਕੋ ਬਰਾਬਰ ਨਾਮ ਜਪਣ ਨਾ ਜਪਣ ਇੱਕੋ ਬਰਾਬਰ ਪਰ ਦੁਨਿਆਵੀ ਲੋਕਾਂ ਨੇ ਜਪਣਾ ਪਿਆ ਉਹਨਾਂ ਨੂੰ ਸੇਵਾ ਕਰਨੀ ਪਈ ਉਹਨਾਂ ਨੂੰ ਕਿ ਜਿਹੜੇ ਸਾਡੇ ਸੇਵਕ ਉਹ ਕੀ ਆਖਣਗੇ ਜੀ ਇਹ ਤਾਂ ਜਪਦੇ ਨੇ ਸੀ ਕੋ ਜਪੀਏ ਸਾਲਸਰਾਏ ਇਸ ਤਰ੍ਹਾਂ ਦੁਨੀਆਂ ਨੂੰ ਜੋੜੀ ਤੇ ਆਪ ਵੀ ਜੁੜਿਆ ਰਹੀ ਆਪ ਵੀ ਜੱਗਦਾ ਰਹੀ ਬਹਰ ਬਦਨ ਤੇ ਬਚਨ ਅਲਾਇਓ ਤੇ ਫਿਰ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਫਰਮਾਨ ਕੀਤਾ ਹੈ ਜਬ ਲੋ ਜੀਵ ਹੋ ਰਹੇ ਤੁਮਾਰੇ ਸਾਲ ਸਰਾਏ ਜਿਤਨੀ ਧੇਰ ਤੱਕ ਤੇਰਾ ਜੀਵਨ ਰਹੇਗਾ ਦੁਨੀਆ ਵਿੱਚ ਬਾਛੇ ਸੰਤਤ ਕੋ ਨ ਬਸਾਰੇ ਧਿਆਨ ਰੱਖੀ ਉਸ ਤੋਂ ਬਾਅਦ ਇਸ ਗੱਦੀ ਉੱਤੇ ਆਪਣੀ ਔਲਾਦ ਨੂੰ ਨਾ ਬਿਠਾਈ ਫੇਨਾ ਕੀ ਉਲਟਾ ਬੁਲਟਾ ਹੋ ਜਾਏਗਾ ਬਾਣਾ ਵਰਤ ਜਾਣਾ ਸਾਲ ਸਰਾਏ ਜਦ ਤੱਕ ਤੇਰੀ ਜੀਵਨ ਦੀ ਅਵਸਥਾ ਹੈ ਤੇਰਾ ਪੰਜ ਭੌਤਿਕ ਸਰੀਰ ਹੈ ਗੁਰਮੁਖ ਦੀ ਗੱਦੀ ਤੇ ਤੂੰ ਬੈਠੀਂ ਬਸ ਤੂੰ ਪਟਨਾ ਸਹਿ ਬਹਿ ਕੇ ਦੁਨੀਆ ਨੂੰ ਜੋੜੀ ਜਦੋਂ ਤੇਰਾ ਸਰੀਰ ਸ਼ਾਂਤ ਹੋ ਗਿਆ ਫਿਰ ਉਸ ਤੋਂ ਬਾਅਦ ਆਪਣੀ ਔਲਾਦ ਨੂੰ ਇੱਥੇ ਨਾ ਬਿਠਾਈਂ ਕਿ ਮੇਰੀ ਔਲਾਦ ਮੇਰੀ ਗੱਦੀ ਦੇ ਮਾਲਕ ਤੇ ਬੈਠੇਗੀ ਪਾ ਮੇਰੀ ਗੱਦੀ ਨੂੰ ਸੰਭੇਗੀ ਨਾ ਸਾਲਸਰਾਏ ਇਹ ਨਾ ਕਰੀਂ। ਉਹਨ ਮੰਜੀ ਪਰ ਬੈ ਸਹ ਦਾਸ। ਤੇਰੀ ਮੰਜੀ ਉਤੇ ਤੇਰਾ ਦਾਸ ਬੈਠੇਗਾ। ਭਾਵੇਂ ਜਿਸ ਸਿੱਖਿਆ ਤੇ ਤੂੰ ਦੁਨੀਆਂ ਨੂੰ ਤੋਰੇਂਗਾ ਨਾ ਫਿਰ ਤੇਰਾ ਦਾਸ ਤੋਰੇਗਾ ਫਿਰ। ਤੇਰੇ ਤੋਂ ਬਾਅਦ ਤੇਰਾ ਦਾਸ ਇਸ ਨਗਰੀ ਨੂੰ ਨਾਮ ਨਾਲ ਜੋੜੇਗਾ। ਫਿਰ ਇਹ ਆਪ ਨਾਮ ਜਪਦਾ ਤੇ ਹੈ। ਤੇਰੇ ਨਾਮ ਇਹ ਵੀ ਜਪਾਵੇਗਾ ਦੇਜੈ ਨਹੀਂ ਆਨਕੇ ਪਾਸਾ ਤੇ ਸਾਲ ਸਰਾਏ ਧਿਆਨ ਰੱਖੀ ਇਹ ਗੱਦੀ ਕਿਸੇ ਹੋਰ ਕੋਲ ਨਾ ਆਵੇ ਤੇ ਮੰਜੀ ਤੇਰੇ ਕੋਲ ਰਵੇ ਤੇਰੇ ਤੋਂ ਬਾਅਦ ਇਸ ਅਦਰਕੇ ਨੂੰ ਇਹ ਮੰਜੀ ਦੇ ਦੇਈਂ ਹੋਰਬ ਹਮ ਮੰਜੀ ਇਸ ਦੇਨੀ ਸਾਡੀ ਤਮੰਨਾ ਸੀ ਕਿ ਪਹਿਲਾ ਮੰਜੀ ਇਹਨੂੰ ਦੇ ਦਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਪਹਿਲਾ ਕਪਾੜ ਇਹਦੇ ਖੁੱਲੇ ਸਨ ਪਹਿਲਾ ਇਹਨੇ ਆ ਕੇ ਮੱਥਾ ਟੇਕਿਆ ਪਹਿਲਾ ਭਾਵਨਾ ਇਹਦੇ ਮਨ ਵਿੱਚ ਸੀ ਤੇਰਾ ਨੌਕਰ ਬੜਾ ਸ਼ਰਧਾવાન ਹੈ ਓਏ ਬੜਾ ਭਾਵਨਾ ਵਾਲਾ ਇਹਦੇ ਕਵਾੜ ਪਹਿਲਾਂ ਖੁੱਲੇ ਸਨ ਪਹਿਲਾਂ ਅਸੀਂ ਇਹ ਬਖਸ਼ਿਸ਼ ਇਸ ਉੱਤੇ ਕਰਨੀ ਸੀ ਤੁਜ ਤੇ ਪੂਰਬ ਸ਼ਰਨ ਗਹੇਨੀ ਕਿਉਂਕਿ ਤੇਰੇ ਤੋਂ ਪਹਿਲਾਂ ਇਹਨੇ ਸਾਡੀ ਚਰਣਾ ਦੀ ਸ਼ਰਨ ਗ੍ਰਹਿਣ ਕੀਤੀ ਇਹਦੇ ਮਨ ਵਿੱਚ ਸ਼ਰਧਾ ਭਾਵਨਾ ਜਾਗੀ ਇਹ ਤੇਰੇ ਤੋਂ ਪਹਿਲਾਂ ਘਟਨਾ ਵਾਪਰੀ ਹੈ। ਮੁੱਤ ਸੰਸਾਰ ਸੂਤ ਇਹ ਦਾਸਾ। ਪਰ ਦੁਨੀਆ ਦੀ ਮਰਿਆਦਾ ਹੈ ਕਿ ਤੇਰਾ ਦਾਸ ਹੈ। ਲੋਕੀ ਆਖਣਗੇ ਵੀ ਚੰਗਾ ਸਾਲ ਸਰਾਏ ਜੀ। ਇਹ ਨੌਕਰ ਬਣ ਗਿਆ, ਨੌਕਰੇ ਦਾ مالک ਬਣ ਗਿਆ। ਦੁਨੀਆ ਦੀ ਮਰਿਆਦਾ ਵੇਖੜੀ ਪੈਂਦੀ ਹੈ ਨਾ। ਅਸੀਂ ਇਸ ਮਰਿਆਦਾ ਨੂੰ ਦੇਖਦੇ ਹੋਏ। ਤੇਰਾ ਤੇ ਤਵ ਸਤਕਾਰ ਰਖਾਸਾ। ਤੇਰਾ ਸਤਕਾਰ ਰੱਖਿਆ ਸਾਲ ਸਰਾਏ। ਕਿ ਪਹਿਲਾ ਹੁਣ ਗੱਦੀ ਤੈਨੂੰ ਦੇਣ ਲੱਗੇ ਹਾਂ ਇਹ ਪਹਿਲੀ ਮੰਜੀ ਤੇਰੇ ਕੋਲ ਆ ਰਹੀ ਏ ਤੇਰੇ ਤੋਂ ਬਾਅਦ ਇਹ ਮੰਜੀ ਤੇਰੇ ਦਾਸ ਕੋ ਲਾਵੇਗੀ ਆਪਣੇ ਪਰਿਵਾਰ ਨੂੰ ਨਾ ਦੇਈ ਦੋਹਰਾ ਪੁਨ ਲਗ ਤੁਮਰੀ ਬੈਸ ਹੈ ਸਪਤ ਮਾਸ ਯੁਗ ਸਾਲ ਹੁਣ ਧਿਆਨ ਰੱਖ ਤੇਰੀ ਉਮਰ ਛੋਟੀ ਰਹਗੀ ਥੋੜੀ ਰਹਗੀ ਕਿੰਨੀ ਯੁਗ ਮਾਸ ਯੁਗ ਸਾਲ 2 ਸਾਲ 7 ਮਹੀਨੇ ਇੰਨੀ ਉਮਰ ਰਹਿ ਗਈ ਤੇਰੀ ਬਸ ਅੱਖੋ ਸਤਨਾ ਸਿੰਘਾਹਿ ਗੁਰੂ ਜੇ ਕਿਸੇ ਨੂੰ ਕਹਿ ਦੋ ਨਾ ਤੇਰੀ ਉਮਰ 2 ਸਾਲ ਰਹਿ ਗਈ ਹੈ 7 ਮਹੀਨੇ ਰਹਿ ਗਈ ਨਾ ਉਹਦੇ ਹੋਸ਼ ਉੱਥੇ ਉੱਡ ਜਾਂਦੇ ਉਹ ਪਹਿਲਾਂ ਹੀ ਮਰ ਜਾਂਦਾ ਹੈ ਅਜੇ 2 ਸਾਲ پتہ ਨਹੀਂ ਕਦੋਂ ਆਣੇ 365 ਦਿਨ ਇੱਕ ਸਾਲ ਦੇ 765 700 ਕੁਝ ਦਿਨ ਹੋ ਗਏ ਫਿਰ ਖਾਲਸਾ 7 ਮਹੀਨੇ ਹੋਰ ਲਾ ਲੋ ਲਗਭਗ 900 ਦੇ ਨੇੜੇ ਦਿਨ ਬਣ ਗਏ ਤੇ ਉਹ ਪਹਿਲਾਂ ਹੀ ਮਰ ਜਾਂਦਾ ਹੈ ਖਾਲਸਾ ਜੀ ਜਿਹਨੂੰ ਆਤਮ ਗਿਆਨ ਹੋ ਗਿਆ ਨਾ ਉਹਨੂੰ ਪਰਵਾਹ ਨਹੀਂ ਹੁੰਨ। ਅਕੋ ਸਤਨਾ ਸ੍ਰੀ ਵਾਹਿਗੁਰੂ ਆਤਮ ਦਰਸ਼ੀ ਬਣ ਗਿਆ। ਹੁਣ ਮਰਿਆ ਨਹੀਂ। ਉਹ ਗੁਰੂ ਚਰਨਾਂ 'ਚ ਸਮਾ ਗਿਆ। ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪੰਨੀ ਸੰਗ ਪੰਨੀ ਉਹ ਜਿੰਦੇ ਜੀ ਪਹਿਲਾਂ ਹੀ ਸਮਾ ਗਿਆ ਖਾਲਸਾ ਜੀ। ਸਾਲ ਸਰਾਏ ਤੇਰੇ ਸਰੀਰ ਦੀ ਉਮਰ ਹੁਣ 2 ਸਾਲ सत महीने रह गई है रिदा संत है दास को मत सर ही नाल तेरे दास का दा हिरदा शुद्ध है ईरखा तो रहत है मतसर ईरखा तो रहत है ईरखालू नहीं है उच्ची अवस्था बन गई तेरे तो यदि पर ईरखा नहीं करता ये ਇਦਾ ਹਿਰਦਾ ਹੁਣ ਸ਼ੁੱਧ ਹੋ ਗਿਆ ਹੈ ਚੋਪਈ ਸ੍ਰੀ ਅੰਗਦ ਸੁਨਿਏ ਗਤ ਦੇਨਾ ਤਨ ਗੁਰੂ ਅੰਗਦ ਦੇ ਮਹਾਰਾਜੀ ਸੁਣੋ ਗਤ ਦੇਨਾ ਗਤੀ ਦੇਣ ਵਾਲੇ ਭਾਈ ਬਾਲਾ ਜੀ ਕਹਿਣਗੇ ਸੁਣੋ ਗੁਰੂ ਅੰਗਦ ਦੇ ਮਹਾਰਾਜੀ ਮੁਜਸੋ ਕਹਿਤ ਭਈ ਪੁਨ ਬਹਿਨਾ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਮੁਜਸੋ ਭਾਈ ਬਾਲਾ ਜੀ ਨੂੰ ਬਚਨ ਆਖਿਆ ਮੈਦਾਨੇ ਕੁਛੁਦਾ ਸੰਤਾਵੇ ਭਾਲਾ ਜੀ ਦੇਖੋ ਮਰਦਾਨੇ ਵੱਲ ਕੀ ਹਾਲ ਬਣਿਆ ਇਹਦਾ ਇਹਨੂੰ ਭੁੱਖ ਲੱਗ ਰਹੀ ਏ ਸਾਡੇ ਬਚਨ ਤਾਂ ਸੁਣ ਰਿਹਾ ਧਿਆਨ ਨੇ ਤਾਂ ਲੰਗਰ ਵਾਲਾ ਲੰਗਰ ਕਦੋਂ ਮਿਲੇਗਾ ਪਰ ਬਾਲਾ ਜੀ ਦੇਖੋ ਮਰਦਾਨਾ ਜੀ ਨੂੰ ਭੁੱਖ ਸੰਤਾ ਰਹੀ ਹੈ ਦੇਹੋ ਆਹਾਰ ਖਾਏ ਤ੍ਰਿਪਤਾਵੇ ਉਹ ਲੰਗਰ ਪਹਿਲਾਂ ਇਹਨੂੰ ਦਵੋ ਇਹਨੂੰ ਛਕਾਓ ਇਹਦਾ ਢਿੱਡ ਭਰੋ ਇਹਨੂੰ ਤ੍ਰਿਪਤ ਕਰੋ ਮਨ ਬਚਨ ਮੈਂ ਦੀਨ ਆਹਾਰ ਤੇ ਭਾਈ ਬਾਲਾ ਜੀ ਕਹਿਣਗੇ ਸੁਣੋ ਗੁਰੂ ਅੰਗਦ ਦੇ ਮਹਾਰਾਜ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਮੈਂ ਮੰਨਿਆ ਤੇ ਮੰਨ ਕੇ ਉਹ ਪ੍ਰਸ਼ਾਦਾ ਪਹਿਲਾਂ ਛਕਾਇਆ ਭਾਈ ਮਰਦਾਨਾ ਜੀ ਲੋਛ ਕੋ ਤੁਸੀਂ ਛਕੋ ਮਹਾਤਮਾ ਜੀ ਮਹਾਤਮਾ ਜੀ ਪੁਰਖ ਸੰਖਾਲਸਾ ਦੇ ਮਰਦਾਨਾ ਜੀ ਆਮ ਕੋਈ ਪੁਰਖ ਨਹੀਂ ਖਾਲਸਾ ਜੀ ਜਿਨੇ ਸਭ ਤੋਂ ਜ਼ਿਆਦਾ ਸੰਗਤ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਇਹ ਅਸਲ ਮਹਾਪੁਰਖ ਹਨ ਅਸਲ ਪਰਮੇਸ਼ਰ ਦੋ ਇਹ ਹਨ ਖਾਲਸਾ ਜੀ ਜਿਨੇ ਨਹੀਂ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀਤੀ ਕਉ ਨਾਨਕ ਬਾਦਸ਼ਾਹ ਵਰਗੇ ਬਣ ਕੇ ਖਾਲਸਾ ਜੀ ਉਹ ਤੇ ਪਹਿਲਾ ਪ੍ਰਸ਼ਾਦਾ ਚਕਾਇਆ ਭਾਈ ਮਰਦਾਨਾ ਜੀ ਨੂੰ ਮੰਦਰ ਅਸਨ ਜਿਹ ਸਾਧ ਅਪਾਰਾ ਬੜੇ ਸੋਹਣੇ ਖਾਲਸਾ ਜੀ ਸਵਾਦ ਵਾਲੇ ਲੰਗਰ ਪ੍ਰਸ਼ਾਦਾ ਸੀ ਬਹੁਤ ਮਠਾਈ ਸੀ ਬਹੁਤ ਵਧੀਆ ਸਬਜੀ ਸੀ ਕਰ ਲਾਲਚ ਖਾਵਾ ਮਨ ਪਾਇਓ ਤੇ ਬੜੇ ਪ੍ਰੇਮ ਭਾਵਨਾ ਨਾਲ ਸਵਾਦ ਨਾਲ ਇਹਨੇ ਉਹ ਲੰਗਰ ਚੱਕਿਆ ਮਨ ਪਾਉਂਦਾ ਹਾ ਹੋਰ ਉਹ ਦਰ ਬਹੁਤ ਅਭ ਤ੍ਰਿਪਤਾਇਓ ਜਦੋਂ ਢਿੱਡ ਭਰ ਗਿਆ ਕਹਿੰਦਾ ਹਾਂ ਮਹਾਰਾਜ ਅੱਜ ਗੱਲ ਬਣ ਗਈ ਬਸ ਅੱਜ ਢਿੱਡ ਭਰ ਗਿਆ ਤਾਂ ਮਰਦਾਨਾ ਖੁਸ਼ ਹੋਇਆ ਸ਼ਾਹ ਬਿਨੈ ਕਰ ਪੰਕਜ ਬਦਨੰ ਤੇ ਉਸ ਸ਼ਾਹ ਨੇ ਸ਼ਾਹੂਕਾਰ ਨੇ ਸਾਲ ਸਰਾਏ ਜੋਰੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲਾਂ ਉੱਤੇ ਮੱਥਾ ਟੇਕਿਆ ਹੈ ਲੈ ਤਬ ਗਮਨਿਓ ਆਪਣੇ ਸਦਨੰ ਤੇ ਆਗਿਆ ਲੈ ਕੇ ਮਹਾਰਾਜ ਤੋਂ ਆਪਣੇ ਘਰ ਚਲਾ ਗਿਆ ਖਾਲਸਾ ਜੀ ਉਹ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਆਗਿਆ ਲੈ ਕੇ ਗਿਆ ਬਾਦਸ਼ਾਹ ਜੀ ਆਗਿਆ ਦਿਓ ਹੁਣ ਮੈਂ ਆਪਣੇ ਘਰ ਜਾਵਾਂ ਕਿਤਕ ਦਿਵਸ ਤਹ ਨਗਰ ਮਝਾਰਾ ਕੁਛ ਦਿਨ ਮਹਾਰਾਜ ਉਹਦੇ ਨਗਰ ਵਿੱਚ ਹੀ ਰਹੇ ਜੀਨ ਰਹਿਣ ਅਪਵਰਗ ਉਦਾਰਾ ਐਸੇ ਅਪਵਰਗ ਉਦਾਰਾ ਮੁਕਤੀ ਦੇ ਦਾਤੇ ਮੁਕਤੀਦਾਨ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਕੁਛ ਦਿਨ ਉੱਥੇ ਹੀ ਰਹੇ ਤੇ ਉੱਥੋਂ ਪਾਤਸ਼ਾਹ ਹੁਣ ਕਿਵੇਂ ਉਸ ਤੋਂ ਵਿਦਾਇਗੀ ਲੈ ਕੇ ਸਾਰੇ ਪਰਿਵਾਰ ਨੂੰ ਸਾਰੇ ਦੁਨੀਆ ਨੂੰ ਪਾਰ ਕਰਨ ਵਾਲੇ ਗੁਰਨਾਨਕ ਪਾਤਸ਼ਾਹ ਹੁਣ ਹੋਰ ਦੁਨੀਆ ਨੂੰ ਪਾਰ ਕਰਨਗੇ ਸਮੁੰਦਰਾਵਲ ਜਾਣਗੇ ਪਸ਼ੂਆਂ ਨੂੰ ਪੰਛੀਆਂ ਨੂੰ ਮੱਛੀਆਂ ਨੂੰ ਮੱਛ ਦਾ ਉਧਾਰ ਕਰਨਗੇ ਉਹ ਖਾਲਸਾ ਜੀ ਕਥਾ ਆਪ ਜੀ ਅਗਲੇ ਪਕੜਨਾ ਵਿਖੇ ਸਰਵਣ ਕਰਨਾ ਇਸਾਲ ਸਰਾਈ ਤੋਂ ਬਾਅਦ ਇਹਦਾ ਨੌਕਰ ਸੀ ਅਧਰਕਾ ਉਹ ਖਾਲਸਾ ਜੀ ਮੰਜੀਤੇ ਬੈਠਾ ਸਾਲ ਸਰਾਈ ਦੀ ਜਿਹੜੀ ਉਲਾਸ ਸੀ ਉਹ ਖਾਲਸਾ ਜੀ ਰਾਜਾ ਫਤਿਹ ਚੰਦ ਰਾਣੀ ਮੈਣੀ ਉਹ ਰਹੇ ਤੇ ਅਧਰਕੇ ਦੀ ਖਾਲਸਾ ਜੀ ਔਲਾਦ ਵੀ ਉਥੇ ਸ੍ਰੀ ਤਖਤ ਪਟਨਾ ਸਾਹਿਬ ਉਥੇ ਖਾਲਸਾ ਅਜੇ ਵੀ ਸੇਵਾ ਕਰਦੀ ਖਾਲਸਾ ਜੀ ਉਹਨਾਂ ਦੇ ਅਨਸਬੰਧ ਦੇ ਸਾਰੇ ਜੀ ਖਾਲਸਾ ਉਹ ਵੀ ਉੱਚੀ ਪਦਵੀ ਦੇ مالک ਰਹੇ ਉਹ ਵੀ ਮਸੰਦ ਰਹੇ ਉਹ ਵੀ ਸੇਵਾ ਕਰਦੇ ਰਹੇ ਖਾਲਸਾ ਜੀ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੋਵਾਂ ਦਾ ਬੇੜਾ ਪਾਰ ਕੀਤਾ ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਇੱਥੇ ਹੀ ਗੁਰ ਕਲਗੀ ਧਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੋਇਆ ਤਹੀਂ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਬਿਖੈ ਭਵ ਲਯੋ ਗੁਰਤੇਗ ਬਹਾਦਰ ਪਾਸ਼ਾ ਨੇ ਵੀ ਇੱਥੇ ਚਰਨ ਪਾਏ ਐਸੇ ਗੁਰੂ ਨਾਨਕ ਪਾਤਸ਼ਾਪ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਰ ਕਰਿਓ ਆਪ ਸਭ ਤੇ ਕਿਰਪਾ ਕਰਨ ਹਾਨੂੰ ਸਭਨਾ ਨੂੰ ਪਾਤਸ਼ਾਹ ਨਾਮ ਰਸ ਆਤਮ ਰਸ ਨਿਵਰਤਾ ਭਾਵਨਾ ਸਹਿਜ ਰਸ ਪ੍ਰਦਾਨ ਕਰਨ ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ ਅਖਰਵਾਦ ਘਾਟ ਭੁਲ ਚੁਗ ਦੀ ਖਿਮਾ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਵਾਹਿਗੁਰੂ ਆਏ sahi par brahma agnasi ਨਾਸ ਏ ਪੂਰਨ ਏ ਸਰਬਮੈ ਪੰਜਨ ਗੁਣ ਧਾਸ ਏ ਸੰਗੀ ਏ ਨਰੰਕਾਰ ਏ ਨਿਰਗੁਣ ਸਭ ਟੇਕ ਏ ਗੋਬਿੰਦ ਏ ਗੁਣ ਨਿਧਾਰ ਕਿਆ ਕਹਿ ਸਦਾ ਬੇਕ ਏ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਏ ਸੰਤਹਿ ਕਹਿ ਸਦਾ ਸੰਗ ਏ ਧਰ ਆਧਾਰ ਏ ਠਾਕੁਰ ਹੋਂ ਦਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾ ਰੱਖ ਜੀ ਆਪਰੋ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਤ ਦਇਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸਵਾਨ ਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਦੁਰ ਪਾਰੇ ਉਤਾਰਨ ਹਾਰ ਰਹਿ ਗੁਰੂ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਯੋ ਸ਼ਰਦਾ ਕਰ ਸੇਵਦੇ ਦੁਰਪਾਰ ਉਤਾਰਨ ਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ